जस पंजाबी देखते हुए सारे दर्शकों को मेरे वालों प्यार भरी सत श्री अकाल। तुहाडा स्वागत प्रोग्राम अज दा मुद्दा दे विच, मैं तुहाडी होस्ट आशमिता, सारयां नूं स्वागत है। यू नो ऑफ कोर्स जिथे साडी गल वक वक न्यूज़ अपडेट्स खासकर किसान मोर्चे नूं लैके चल रही है, इस मंच ते तुहानूं हर एक अपडेट आपां प्रोवाइड करदे हां। उत्थे एक बहुत वड्डी चीज़ खास करके इत्थे यूनाइटेड स्टेट्स विच डिवेलप हो रही है, जिहदी जानकारी ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ। ਇਸ ਕਰਕੇ ਅੱਜ ਦਾ ਪ੍ਰੋਗਰਾਮ ਆਪਾਂ ਡੈਡੀਕੇਟ ਕਰ ਰਹੇ ਹਾਂ ਇੱਕ ਵਾਰੀ ਫਿਰ ਕੋਵਿਡ ਵੈਕਸੀਨਸ 'ਤੇ ਡਿਸਕਸ਼ਨ ਹੋਏਗੀ ਸਾਡੀ ਅੱਜ, ਬਿਕੋਜ਼ ਵੈਕਸੀਨਸ ਦੇ ਵਿੱਚ ਕੁਝ ਹੋਰ ਡਿਵੈਲਪਮੈਂਟਸ ਆਈਆਂ ਹੋਣ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਸ਼ਾਇਦ ਤੁਸੀਂ ਵੇਖਿਆ ਵੀ ਹੋਣਾ ਹੈ ਕਿ ਜਿੱਥੇ ਵੈਕਸੀਨਸ ਪਹਿਲੇ 2 shot ਵੈਕਸੀਨਸ ਰਿਲੀਜ਼ ਹੋਈਆਂ ਹਨ, ਇਸ ਹਫ਼ਤੇ ਜੌਨਸਨ ਐਂਡ ਜੌਨਸਨ ਦੀ ਸਿੰਗਲ ਸ਼ਾਟ ਵੈਕਸੀਨ ਅਪਰੂਵ ਹੋ ਗਈ ਹੈ ਅਤੇ ਡਿਸਟ੍ਰੀਬਿਊਟ ਹੋਣੀ ਸ਼ੁਰੂ ਹੋ ਗਈ ਹੈ, ਅਤੇ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਂਗੇ। ਬਟ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਜਾਣਕਾਰੀ ਇਸ ਗੋਇੰਗ ਬੀ ਕਮਿੰਗ ਫਰੋਮ ਸਮਵਨ ਵੈਰੀ ਸਪੈਸ਼ਲ, ਜੋ ਸਾਡੀ ਕਮਿਊਨਿਟੀ ਲਈ ਖਾਸ ਕਰਕੇ ਸਿੱਖ ਅਤੇ ਪੰਜਾਬੀਆਂ ਲਈ ਕਿੰਨਾ ਕੁਛ ਕਰ ਰਹੇ। ਇਹ ਇੰਡੀਵਿਜੁਅਲ ਜੋ ਸਾਨੂੰ ਅੱਜ ਜੁਆਇਨ ਕਰ ਰਹੇ ਹੈ ਅਤੇ ਉਹਨਾਂ ਦੀ ਸੰਸਥਾ ਨਾ ਕਿ ਸਿਰਫ ਪੰਜਾਬ ਪੰਜਾਬੀਅਤ ਅਤੇ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਸਪੋਰਟ ਕਰ ਰਹੀ ਹੈ, ਬਟ ਜਿੱਥੇ ਸਭ ਤੋਂ ਜ਼ਿਆਦਾ ਲੋੜ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਉਨ ਏਰੀਆਜ਼ ਦੇ ਵਿੱਚ ਜਿੱਥੇ ਸਾਨੂੰ ਲੱਗਦਾ ਹੈ ਕਿ ਦਿਲੋਂ ਸਾਡੀ ਆਸ ਹੁੰਦੀ ਹੈ ਕਿ ਹੈਲਥ ਕੇਅਰ ਅਤੇ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਇੰਪਰੂਵਮੈਂਟਸ ਆਪਾਂ ਲੈ ਕੇ ਆ ਸਕਦੇ ਹਾਂ ਪੰਜਾਬ ਦੇ ਵਿੱਚ, ਅਤੇ ਉਹਨਾਂ ਲਈ ਜੋ ਸਭ ਤੋਂ ਲੋੜਵੰਦ ਹਨ ਇਹ ਸੰਸਥਾ ਉਨ ਨੀਡਸ ਨੂੰ ਫੁਲਫਿਲ ਕਰ ਰਹੀ ਹੈ ਅਤੇ ਕਿੰਨੇ ਪੁਰਾਣੇ ਸਮੇਂ ਤੋਂ ਫੁਲਫਿਲ ਕਰ ਰਹੀ ਹੈ। ਸੋ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਇੰਟਰੋਡਿਊਸ ਕਰਦੇ ਹੋਏ, ਸਾਡੇ ਗੈਸਟ ਨੂੰ ਇੰਟਰੋਡਿਊਸ ਕਰਦੇ ਹੋਏ। ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਡਾਕਟਰ ਹਰਕੇਸ਼ ਸੰਧੂ ਜੀ ਫਰੋਮ ਕੈਲੀਫੋਰਨੀਆ। ਸਭ ਤੋਂ ਪਹਿਲੇ ਡਾਕਟਰ ਸੰਧੂ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸੰਧੂ, ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਹਿਤਾ ਔਰਗਨਾਈਜੇਸ਼ਨ, ਤੁਸੀਂ ਇਸ ਔਰਗਨਾਈਜੇਸ਼ਨ ਨੂੰ ਸ਼ੁਰੂ ਕੀਤਾ ਬੈਕ ਇਨ 2005। ਇਹ ਔਰਗਨਾਈਜੇਸ਼ਨ ਅੱਜ ਯੂ ਨੋ ਇਟਸ ਵਰਕਿੰਗ ਔਨ ਸੋ ਮੈਨੀ ਡਿਫਰੈਂਟ ਲੈਵਲਸ, ਐਂਡ ਇਹ ਕਿੰਨੀ ਮਤਲਬ ਇੰਟਰੈਂਚਡ ਹੋ ਚੁੱਕੀ ਹੈ ਉਨ ਏਰੀਆਜ਼ ਦੇ ਵਿੱਚ ਜਿੱਥੇ ਜਦੋਂ ਆਪਾਂ ਪੰਜਾਬ ਦੀ ਸਫਲਤਾ ਦੀ ਗੱਲ ਕਰਦੇ ਹਾਂ, ਹੈਲਥ ਕੇਅਰ ਐਂਡ ਐਜੂਕੇਸ਼ਨ ਸਭ ਤੋਂ ਉੱਤੇ ਆਉਂਦੇ ਉਸ ਲਿਸਟ 'ਤੇ, ਐਂਡ ਸਾਹਿਤਾ ਔਰਗਨਾਈਜੇਸ਼ਨ ਉਨਹੀ ਏਰੀਆਜ਼ ਦੇ ਵਿੱਚ ਆਪਣੀ ਸਾਰੀ ਐਫਰਟਸ ਲਗਾ ਰਹੀ ਹੈ। ਸਰ, ਯੂ ਨੋ ਆਫ ਕੋਰਸ ਯੂ ਆਰ ਏ ਡਾਕਟਰ, ਤੁਸੀਂ ਵੱਖ ਵੱਖ ਅਸਿਸਟਡ ਲਿਵਿੰਗ ਫੈਸਿਲਿਟੀਜ਼, ਨਰਸਿੰਗ ਹੋਮਸ ਦੇ ਡਾਇਰੈਕਟਰ ਵੀ ਹੈਗੇ ਕੈਲੀਫੋਰਨੀਆ ਦੇ ਵਿੱਚ, ਯੂ ਹੈਵ ਬੀਨ ਵਰਕਿੰਗ ਵਿਦ ਕੋਵਿਡ ਥਰੂ ਆਊਟ ਦਿਸ ਪੈਂਡੈਮਿਕ, ਭਾਵੇਂ ਉਹ ਸ਼ੁਰੂਆਤ ਦੇ ਵਿੱਚ ਪੀ ਪੀ ਈ ਦੀ ਗੱਲ ਹੋਏ ਜਾਂ ਹੁਣੇ ਵੈਕਸੀਨਸ ਦੀ ਗੱਲ ਹੋ ਰਹੀ ਹੈ, ਸੋ ਵਰ ਗੋਇੰ ਟੂ ਗੈਟ ਟੂ ਦੈਟ ਸਟਫ, ਬਟ ਮੈਂ ਚਾਹੁੰਦੀ ਹਾਂ ਅ ਲਿਟਲ ਬਿਟ, ਆਈ ਵਾਂਟ ਟੂ ਨੋ ਅਬਾਊਟ ਸਾਹਿਤਾ ਕਿ ਕਿਸ ਤਰ੍ਹਾਂ ਇਸ ਔਰਗਨਾਈਜੇਸ਼ਨ ਦੀ ਸ਼ੁਰੂਆਤ ਹੋਈ। ਤੁਸੀਂ ਮੈਨੂੰ ਜੋ ਬਹੁਤ ਪਰਸਨਲ ਸਟੋਰੀ ਦੱਸੀ ਸੀ, ਆਈ ਵੁੱਡ ਲਵ ਕਿ ਤੁਸੀਂ ਸਾਡੇ ਵਿਊਅਰਸ ਦੇ ਨਾਲ ਹੁਣ ਉਹ ਸਟੋਰੀ ਸ਼ੇਅਰ ਕਰੋ ਕਿ ਸਾਹਿਤਾ ਬੈਕ ਇਨ ਦ ਅਰਲੀ 2000s ਇਹ ਕਿਸ ਤਰ੍ਹਾਂ ਸ਼ੁਰੂ ਹੋਈ ਸੀ। ਸਹਾਇਤਾ ਸੰਸਥਾ ਦਾ ਆਗਾਜ਼ ਜਿਹੜਾ ਸੀਗਾ ਉਹ 2005 ਦੇ ਵਿੱਚ ਹੋਇਆ। ਐਕਚੁਅਲੀ ਜੇ ਲੁੱਕ ਬੈਕ ਕਰੀਏ ਅਸੀਂ ਤਾਂ ਸਹਾਇਤਾ ਦੀ ਜਿਹੜੀ ਸ਼ੁਰੂਆਤ ਬਚਪਨ ਦੇ ਵਿੱਚ ਹੀ ਹੋ ਗਈ ਸੀ, ਕਿਉਂਕਿ ਜਦੋਂ ਮੈਂ 4th-5th ਦੇ ਵਿੱਚ ਸੀਗਾ ਤੇ ਇੱਕ ਮੇਰੇ ਨਾਲ ਮੇਰਾ ਫਰੈਂਡ ਹੁੰਦਾ ਸੀ, ਕਲਾਸਮੇਟ ਸੀ, ਜਿਸ ਨੂੰ ਕੁਛ ਕਾਰਨਾਂ ਕਰਕੇ ਪੜ੍ਹਾਈ ਛੱਡਣੀ ਪਈ। ਮੈਂ ਉਹਨੂੰ ਬਹੁਤ ਜ਼ਿੱਦ ਕੀਤੀ ਕਿਉਂਕਿ ਉਹ ਇੱਕ ਇਹੋ ਜਿਹਾ ਇਨਸਾਨ ਸੀ ਜਿਹੜਾ ਕਿ ਹਮੇਸ਼ਾ ਹੀ ਮੇਰੇ ਤੋਂ ਅੱਗੇ ਨਿਕਲ ਜਾਂਦਾ ਸੀ, ਅਤੇ ਉਸਦੀ ਜਿਹੜੀ ਹਮੇਸ਼ਾ ਇਹੀ ਸੀ ਕਿ ਮੈਂ ਡਾਕਟਰ ਬਣਨਾ, ਤੂੰ ਮੇਰਾ ਕੰਪਾਊਂਡਰ ਬਣਨਾ। ਪਰ ਇੱਕਦਮ ਜਦੋਂ ਉਹਨੇ ਕਲਾਸ ਸਕੂਲ ਛੱਡ ਦਿੱਤਾ ਅਤੇ ਉਹਦੀ ਆਰਥਿਕਤਾ ਦੀ ਮੈਨੂੰ ਸਮਝ ਨਹੀਂ ਸੀ, ਪਰ ਉਸ ਨਾਲ ਇੱਕ ਪ੍ਰੋਮਿਸ ਸੀ ਕਿ ਜੇ ਮੈਂ ਡਾਕਟਰ ਬਣ ਗਿਆ ਤਾਂ ਮੈਂ ਉਹੋ ਜਿਹੇ ਬੱਚਿਆਂ ਦੀ ਜ਼ਰੂਰ ਸਪੋਰਟ ਕਰੂੰਗਾ। ਅਤੇ ਇਸੇ ਹੀ ਤਰ੍ਹਾਂ ਜਦੋਂ ਮੇਰਾ ਵੈਡਿੰਗ ਹੋਈ 1987 ਦੇ ਵਿੱਚ, ਅਤੇ ਮੇਰੀ ਵਾਈਫ ਦੇ ਨਾਲ ਇੱਕ ਇਹ ਇੱਕ ਇਕਰਾਰਨਾਮਾ ਸੀ ਕਿ ਅਸੀਂ ਬੱਚੇ ਅਡੋਪਟ ਕਰਨੇ ਹਾਂ, ਕਿਉਂਕਿ ਇਹ ਮੇਰੀ ਖਾਹਿਸ਼ ਸੀ। ਅਤੇ ਸੋ ਉਸ ਤੋਂ ਬਾਅਦ ਬੱਚੇ ਦੋਨਾਂ ਨੂੰ ਅਡੋਪਟ ਕੀਤਾ 1991-95 'ਚ, ਅਤੇ ਉਹ ਸਹਾਇਤਾ ਦੀ ਇੱਕ ਪਹਿਲੀ ਪੌੜੀ ਚੜ੍ਹੇ ਸੀ। ਫਿਰ 2004 ਦੇ ਵਿੱਚ ਦਸੰਬਰ ਦੇ ਵਿੱਚ ਸੁਨਾਮੀ ਲਹਿਰ ਆਈ, ਜਿਸ ਦੇ ਵਿੱਚ
कि बहुत सारा नुकसान होया, पर वो नुकसान होया हो जाया कि कुछ जो इंडिया दे विच अपने अंडेमान निकोबार आइलैंड सी उना दे विच काफ़ी नुकसान होया। वो मेरे दिल के बहुत करीब सी क्योंकि मेरे फादर साहब उत्थे 5-6 साल उत्थे एज ए डायरेक्टर रहे सी, ते उना दे कार मैं कई जिहड़े टापू वह देखे भी सी जिहड़े पानी दे विच थले आ गए सी। सो वो बहुत एक सट सी सानू लगी। सो मेरे फादर ने उना ते मेरी डॉटर जो कि उस वेले एक कथक दी स्टूडेंट सी, कथक डांसर सी इत्थे साडे बे एरिया दे विच, ते असी रल के फिर वो प्रोग्राम उलीकिया जिस दे विच फंड रेजिंग हुई। पर उस दे लई जिहड़ी चाहत जिहड़ी सी उस प्रोग्राम दे लई, वो मेरी बेटी मेरी एक जिद्दां कह लो बैकबोन सी, जिसने कि मैनू इस काम लेवल नू खिंचिया कि डैडी यू नीड टू डू समथिंग नॉट जस्ट गिविंग मनी। सो उस तो बाद प्रभावित होकर असी होर इहो जिहे को कार्ज आए, तो उन्होंने लिए जो फंड रेज की गुरद्वारे विच गए तो सानू एक लोगों वालों होया कि तुसी नॉन प्रॉफिट क्यों नहीं बनाते। उस वक्त तक मैनू पता नहीं सी क्योंकि अपनी कम्यूनिटी के विच दान देना वैसे ही है, कदे पाए नहीं सोचा भी किवें उहदा कोई टैक्स जिहड़ा परपज़ की होगा। पर उस वेले सानू समझ लगी कि हाँ भी जिहड़े लोकी पुछदे आ क्यों पुछदे आ जां की फर्क हुंदा। फिर मैं स्टडी कीती उहदे ते IRS नाल वर्कशॉप्स अटेंड कीतियां। उस दे बाद असीं February 5th नूं इत्थे कैलिफोर्निया दे विच रजिस्टर कीता 2005 दे विच। तो उस तो वक्त ओ एक सहायता दी जिहड़ी असीं नींह पत्थर होया, ते उस तों बाद असीं इंडिया दे विच शुरू कीते प्रोग्राम। ते पहला साडा सी बाल भवन संस्था जी, जो कि एक अनमोल संस्था है जिथे के चाहे रेड क्रॉस दी सी ऑर्गेनाइजेशन, पर लोड बहुत सी उत्थे। बच्चे सी जिहड़े 65 किड्स सीगे ते 86 ईयर ओल्ड जिहड़ी लेडी सी 24 घंटे उन्हां दी देखभाल करदी सी। कदे कदे ओह कहिंदी सी वी असीं बच्चे भुखे भी सौंदे आ। सो रेड क्रॉस नाल गल क्यों कहिंदे, साडे कोल डॉक्टर बहुत कुछ इहो जिहे हैगियां चीज़ां, असीं हर एक दा ध्यान नहीं रख सकते पूरी तरह। सो दैन वी टुक दैट ओवर। असीं हाले भी साडा सहायता मॉडल स्कूल उत्थे चलदा है उस फैसिलिटी दे विच, ते फिर असीं एजुकेशन वाली साइड नूं भी आए, उहनां बच्चियां दी पढ़ाई शुरू कीती, उहनां नूं पढ़ाउणा शुरू कीता। फिर मेडिकल साइड क्योंकि हैल्थ सीगी उस पासे नूं आए। सहायता जो हैगी है वह 3 कंट्रीज दे विच बेस्ड है। अच्छा जी। कैनेडा, USA एंड इंडिया जी। ते असी एक नरोल एहो जी संस्था है जिहड़ी कि वॉलंटियर बेस्ड है। सो असी कोई इंपलॉय नहीं है इहदे विच, सब आपो अपना जिहड़ा वक्त आ वॉलंटियर करदे आ, जिस दे करके साडे जिहड़े खर्चे साडे बहुत मिनिमम आ जी। इस लोगों ने सानू बहुता जाणिया भी इस लई नहीं क्योंकि इत्थे सानू बे एरिया तो वध गए नहीं सी जाणदे, क्योंकि असी कदे एडवरटाइज नहीं सी कीता क्योंकि बजट है नहीं सी साडे कोल, एडवरटाइजमेंट दा बजट है नहीं सी। दिस इज द फर्स्ट ईयर दैट वी डिसाइडेड के मे बी वी शुड हैव अ बजट फॉर मार्केटिंग। सो नाउ माय डॉटर सेम हु वाज डूइंग इट इज द मार्केटिंग डायरेक्टर फॉर सहायता जी। Wonderful. I mean, that what a story, right? Because you know, it's ek passe bahut vadhiya vi lagda, changa lagda dil nu ki saadi community vich kinni non profit, kinni sansthavan han jo qaum layi ya unna layi jo lodmand han unna layi kuch na kuch kar rahi hai. But dooje passe idda lagda hai ki sahayata vangu jo organizations han jo sirf apne puri efforts kam vich laga rahi hai, jinna nu vadde level te koi nahi janda, unna di vi gal honi chahidi hai, unna di vi pehchan honi chahidi hai, taaki ik ta loki tode hor support karan, but also jo tusi कम कर रहे हो वो थोड़ा जा आप चानन पा सकी, राइट। सो ये जो ऑर्गनाइजेशन हैगी दिलों जो तुहाडा पैशन जिस तरह तुसी मैनू कहा सी, वो बच्चे सीगे जिन्हां दा होर कोई नहीं हुंदा, उन्हां दा सब कुछ ही वह गवा देंदे, उन्हां दी देखभाल
ਤੁਸੀਂ ਇਸ ਆਰਗੇਨਾਈਜੇਸ਼ਨ ਰਾਹੀਂ ਕਰਨਾ ਚਾਹੁੰਦੇ ਸੀ, ਬਟ ਸਮ ਆਫ ਦਾ ਸਟੱਫ ਦੈਟ ਯੂ ਐਂਡਡ ਅਪ ਡੂਇੰਗ, ਇੱਕ ਤਾਂ ਬਾਲਕਰ ਇੰਸਟੀਟਿਊਟ ਜੋ ਤੁਸੀਂ ਮੈਨੂੰ ਕਿਹਾ ਸੀ, ਇਟਸ ਜਸਟ ਅ ਬਿਊਟੀਫੁਲ ਪਲੇਸ ਲੁਧਿਆਣਾ ਦੇ ਵਿੱਚ ਜਿੱਥੇ ਬੱਚੇ ਜਾਂਦੇ, ਬਟ ਯੂ ਨੋ ਤੁਸੀਂ ਉਹਨਾਂ ਦੀ ਵੀ ਦੇਖਭਾਲ ਕਰ ਰਹੇ ਹੋ, ਉਹਨਾਂ ਬੱਚਿਆਂ ਦੀ ਵੀ ਜੋ ਡਿਸੇਬਲਡ ਹੋ ਜਾਂਦੇ ਆ, ਰਾਈਟ? ਸੋ ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸੋ, ਬਿਕਾਜ਼ ਕੁਛ ਬੱਚੇ ਇੱਦਾਂ ਹੁੰਦੇ ਆ ਜਿਨ੍ਹਾਂ ਦੇ ਪਰਿਵਾਰ ਜਾਂ ਮਾਂ ਪਿਓ ਉਹਨਾਂ ਦਾ ਨਹੀਂ ਖਿਆਲ ਰੱਖ ਸਕਦੇ, ਉਹਨਾਂ ਨੂੰ ਸੜਕ ਦੇ ਸਾਈਡ 'ਤੇ ਛੱਡ ਦਿੰਦੇ ਆ, ਬਟ ਉਹਨਾਂ ਨੂੰ ਤੁਸੀਂ ਰੇਜ਼ ਕਰਕੇ ਜਾਂ ਅਡੋਪਸ਼ਨ ਦੇ ਵਿੱਚ ਪਾ ਕੇ ਦੇ ਹੈਵ ਵੰਡਰਫੁਲ ਲਾਈਵਸ, ਬਟ ਉਹਨਾਂ ਦਾ ਕੀ ਬਣਦਾ ਹੈ ਜੋ ਡਿਸੇਬਲਡ ਹੁੰਦੇ ਆ, ਜਿਨ੍ਹਾਂ ਲਈ ਸ਼ਾਇਦ ਅਡੋਪਸ਼ਨ ਜਾਂ ਇਹੋ ਜਿਹੀ ਚੀਜ਼ਾਂ ਇੰਨੀ ਆਸਾਨ ਜਾਂ ਇੰਨੀ ਯੂ ਨੋ ਈਜ਼ੀ ਆਪਸ਼ਨਸ ਨਹੀਂ ਹੁੰਦੇ? ਹਾਂਜੀ, ਇਸ ਤਰ੍ਹਾਂ ਆ ਕਿ ਜਿਹੜਾ ਬਾਲ ਘਰ ਹੈ ਨਾ, ਉਹਦੀ ਜਿਹੜੀ ਫਸਟ ਮੇਰੀ ਅਟੈਚਮੈਂਟ ਇਹ ਹੋਈ ਸੀ ਕਿ ਉੱਥੇ ਇੱਕ ਬੱਚੀ ਸੀ ਜਿਹੜੀ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਦੇ ਬੋਗੀ ਦੇ ਵਿੱਚ ਉਸਦੀ ਟੋਇਲਟ ਦੇ ਵਿੱਚ ਕੋਈ ਥੁਣ ਕੇ ਸਿੱਟ ਗਿਆ ਸੀ। ਉਸ ਬੱਚੀ ਦੀ ਇੱਕ ਅੱਖ ਕੱਢੀ ਹੋਈ ਸੀ, ਉਸਦੀਆਂ ਕਈ ਬੋਨਸ ਫ੍ਰੈਕਚਰਡ ਸੀ, ਸਕਲ ਫ੍ਰੈਕਚਰਡ ਸੀ। ਰੇਲਵੇ ਪੁਲਿਸ ਨੇ ਉਹ ਬਾਲ ਘਰ ਦੇ ਵਿੱਚ ਪਹੁੰਚਾਈ, ਉਹਦੀ ਪਰਵਰਿਸ਼ ਹੁੰਦੀ ਗਈ ਉੱਥੇ। ਮੈਂ ਉਸਨੂੰ ਵੱਡੀ ਹੁੰਦਾ ਦੇਖਿਆ, ਛੋਟੀ ਨਿੱਕੀ ਜਿਹੀ ਤੋਂ, ਜਦੋਂ ਕਿ ਉਹ ਬਿਲਕੁਲ ਬੇਬੀ ਸੀ, ਉਹਦੇ ਤੋਂ ਲੈ ਕੇ ਨਾ। ਅਤੇ ਪਰ ਮੈਨੂੰ ਹਮੇਸ਼ਾ ਇਹੀ ਰਿਹਾ ਸੀ ਕਿ ਉਸਦੇ ਮੂੰਹ 'ਤੇ ਮੈਂ ਮੁਸਕਰਾਹਟ ਨਹੀਂ ਸੀ ਦੇਖੀ। ਸੋ ਉਸਦੇ ਲਈ ਬਹੁਤ ਸਾਲ ਉਡੀਕ ਕਰਨਾ ਪਿਆ। ਸੋਰੀ, ਸੋ ਅਸੀਂ ਉਹਦੇ ਫਿਰ ਜਦੋਂ 4 ਸਾਲ ਦੀ ਹੋਈ ਤੇ ਉਹਦੇ ਇੱਕ ਆਈ ਆਰਟੀਫਿਸ਼ਲ ਟ੍ਰਾਂਸਪਲਾਂਟ ਕੀਤਾ, ਜਿਸ ਨਾਲ ਉਸਦਾ ਕੁਛ ਜਿੱਦਾਂ ਹੌਸਲਾ ਜਿਹਾ ਵਧਿਆ ਤੇ ਉਹ ਹੋਰ ਨਾਲ ਬੱਚਿਆਂ ਦੇ ਨਾਲ ਰਲ ਮਿਲ ਕੇ ਹੱਸਣ ਖੇਡਣ ਲੱਗ ਪਈ, ਯੂ ਨੋ। ਸੋ ਲਕਲੀ ਉਸ ਪੀਅਰ ਵੀ ਜਦੋਂ ਅਸੀਂ ਟ੍ਰਿਪ ਤੇ ਗਏ ਹੋਏ ਸੀ, ਇੱਥੋਂ ਮੈਡੀਕਲ ਟੀਮ ਲੈ ਕੇ ਗਏ ਹੋਏ ਸੀ, ਉਹ ਨਾਲ ਸੀ ਮੇਰੇ, ਤੇ ਮੇਰੇ ਕੁੱਛੜ ਚੱਕੀ ਸੀ ਤੇ ਸ਼ੀ ਵਾਸ ਸਮਾਈਲਿੰਗ ਐਟ ਮੀ ਐਂਡ ਵਨ ਆਫ ਮਾਈ ਕੋਲੀਗਸ ਟੁੱਕ ਅ ਪਿਕਚਰ ਐਂਡ ਸੈਡ, ਯੂ ਨੋ, ਹੇਅਰ ਇਜ਼ ਯੋਰ ਰਿਵਾਰਡ। ਐਂਡ ਉਹ ਬੱਚੀ ਵੱਡੀ ਹੁੰਦੀ ਗਈ ਤੇ ਉਹਦੀ ਸਟੋਰੀ ਮੈਂ ਜਿੱਦਾਂ ਮਾਈ ਬਿਕੇਮ ਦ ਲਵ ਆਫ ਮਾਈ ਲਾਈਫ, ਹਰ ਵੇਲੇ ਉਹਨੂੰ ਸੋਚਣਾ। ਤੇ ਸੋ ਕਪਲ ਆਫ ਈਅਰਸ ਲੇਟਰ ਸ਼ੀ ਵਾਜ ਅਡੋਪਟਡ ਬਾਏ ਏ ਕਪਲ, ਫ੍ਰੈਂਚ ਕਪਲ, ਐਂਡ ਨਾਓ ਸ਼ੀ ਇਜ਼ ਇਨ ਪੈਰਿਸ। ਵਾਓ, ਵਾਓ, ਐਂਡ ਇਟਸ ਬੀਨ 7 ਈਅਰਸ ਨਾਓ। ਵਾਓ, ਐਂਡ ਸ਼ੀ ਜਸਟ ਓਨਲੀ ਸਪੀਕਸ ਫ੍ਰੈਂਚ ਨਾਓ। ਓ ਮਾਈ ਗਾਸ਼, ਕਿੰਨੀ ਅਮੇਜ਼ਿੰਗ ਸਟੋਰੀ ਹੈ। We'd see her growing up, you know, and she has visited a facility a couple of times. Hanji. But that's how it is, you know. All those children, we have so many of stories. I have stories for so many of them. And, you know, but this is how it is. But she was always special. There is another special child who kind of prompted towards the Anandkar. ਅੱਛਾ ਜੀ ਸਰ, ਮੈਂ ਤੁਹਾਨੂੰ ਇੱਥੇ ਰੋਕ ਰਹੀ ਹਾਂ, ਬਿਕੋਜ਼ ਅਨਫੋਰਚੁਨੇਟਲੀ ਸਾਨੂੰ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪੈ ਰਿਹਾ, ਬਟ ਇਹ ਕਨਵਰਸੇਸ਼ਨ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗੀ। ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦਿਲੋਂ ਜੁੜੇ ਰਹੋ। ਵਿਊਅਰਸ, ਤੁਸੀਂ ਵੀ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਗੱਲ ਹੋ ਰਹੀ ਹੈ ਡਾਕਟਰ ਹਰਕੇਸ਼ ਸੰਧੂ ਜੀ ਦੇ ਨਾਲ, ਫਾਊਂਡਰ ਸਾਹਿਤ ਆਰਗਨਾਈਜੇਸ਼ਨ, ਅਤੇ ਗੱਲ ਕਰਾਂਗੇ ਤੁਹਾਡੇ ਨਾਲ ਕੋਵਿਡ ਵੈਕਸੀਨਸ ਦੀ ਮੋਸਟ ਅਪ ਟੂ ਡੇਟ ਜਾਣਕਾਰੀ। ਬਟ ਉਸ ਤੋਂ ਪਹਿਲੇ ਇੰਨੀ ਦਿਲਚਸਪ ਸਟੋਰੀ ਸਾਹਿਤ ਆਰਗਨਾਈਜੇਸ਼ਨ ਦੀ, ਡਾਕਟਰ ਸੰਧੂ ਉਹਦੀ ਫਾਊਂਡਿੰਗ ਦੀ ਸਾਨੂੰ ਦੱਸ ਰਹੇ ਸੀ, ਅਤੇ ਕਿਸ ਤਰ੍ਹਾਂ ਇਹ ਆਰਗਨਾਈਜੇਸ਼ਨ ਸਭ ਤੋਂ ਲੋੜਵੰਦ ਜੋ ਪੰਜਾਬ ਦੇ ਲਾਚਾਰ ਬੱਚੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉਹਨਾਂ ਨੂੰ ਸਹਾਰਾ ਦੇ ਰਹੀ ਹੈ, ਉਹਨਾਂ ਲਈ ਐਜੂਕੇਸ਼ਨ, ਹੈਲਥ ਕੇਅਰ, ਵੱਖ ਵੱਖ ਸੇਵਾਵਾਂ ਕਰ ਰਹੀ ਹੈ। ਡਾਕਟਰ ਸੰਧੂ, ਇੱਕ ਵਾਰੀ ਫਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਈਵਨ ਆਈ ਐਮ ਫੀਲਿੰਗ ਸੋ ਇਮੋਸ਼ਨਲ ਜੋ ਤੁਸੀਂ ਸਟੋਰੀ ਇਹ ਦੱਸੀ ਇਸ ਨਿੱਕੀ ਜਿਹੀ ਬੱਚੀ ਬਾਰੇ, ਕਿਸ ਤਰ੍ਹਾਂ ਉਹਦੀ ਸ਼ੁਰੂਆਤ ਹੋਈ ਅਤੇ ਕਿੱਥੇ ਉਹ ਅੱਜ ਪਹੁੰਚ ਚੁੱਕੀ ਹੈ ਇਸ ਸੰਸਥਾ ਕਰਕੇ, ਤੁਹਾਡੇ ਜੋ ਇਹ ਪੈਸ਼ਨ ਹੈ ਤੁਹਾਡੇ ਵਿੱਚ ਉਹਦੇ ਕਰਕੇ, ਐਂਡ ਤੁਹਾਡੇ ਵੱਖ ਵੱਖ ਟੀਮ ਮੈਂਬਰਸ, ਵਾਲੰਟੀਅਰਸ ਜੋ ਇਸ ਸੰਸਥਾ ਦਾ ਕੰਮ ਭਾਵੇਂ ਉਹ US, ਕੈਨੇਡਾ ਜਾਂ ਇੰਡੀਆ ਵਿੱਚ ਹੋਏ, ਉਹਨੂੰ ਅੱਗੇ ਲੈ ਕੇ ਜਾ ਰਿਹਾ ਹੈ। ਸਰ, ਤੁਸੀਂ ਆਨੰਦਕਾਰ ਇੰਸਟੀਟਿਊਟ ਬਾਰੇ ਸਾਨੂੰ ਦੱਸ ਰਹੇ ਸੀ, ਪਲੀਜ਼ ਕੰਟੀਨਿਊ। ਹਾਂਜੀ, ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਬੱਚੀ ਆਈ ਜਿਸ ਦੀਆਂ ਕਿ
ਬਹੁਤ ਹੀ ਸੋਹਣੀ ਬੱਚੀ ਸੀ ਉਸ ਪਰ ਉਸ ਦੇ ਕੋਈ ਡਿਫੈਕਟ ਸੀ ਕਿ ਉਹਦੀਆਂ ਆਰਮਸ ਨਹੀਂ ਸੀ ਹੈ ਓ ਮਾਈ ਗੋਡ ਇੱਕ ਪਾਰਸ਼ਲ ਆਰਮ ਸੀ ਇੱਕ ਛੋਟਾ ਜਿਹਾ ਸਟੱਬ ਸੀ ਇਕੱਲਾ ਤੇ ਬਹੁਤ ਹੀ ਹਸੀਨ ਕੁੜੀ ਸੀ ਬਹੁਤ ਹੀ ਪਿਆਰੀ ਸੀ ਹਮੇਸ਼ਾ ਖੁਸ਼ੀ ਖੁਸ਼ ਦਿਖਦੀ ਸੀ ਹਮੇਸ਼ਾ ਖੁਸ਼ ਰਹਿੰਦੀ ਸੀ ਤੇ ਸਾਨੂੰ ਉਸ ਵਕਤ ਫੀਲ ਹੋਇਆ ਕਿ ਵੀ ਸ਼ਾਇਦ ਇਸਦੀ ਅਡੋਪਸ਼ਨ ਨਹੀਂ ਹੋਏਗੀ ਤੇ ਇਹਦਾ ਕਿਸ ਤਰ੍ਹਾਂ ਬਣੇਗਾ ਕੀ ਹੋਏਗਾ ਫਿਰ ਇੱਕ ਬੱਚਾ ਆਇਆ ਜੋ ਬਲਾਇੰਡ ਸੀ ਤੇ ਫਿਰ ਉਸਦੇ ਬਾਰੇ ਵੀ ਇੱਦਾਂ ਸੋਚਦੇ ਸੋਚਦੇ ਤੇ ਉੱਥੇ ਸਾਡੀ ਜਸਵੀਰ ਭੈਣ ਜੀ ਆ ਜਿਹੜੇ ਉੱਥੇ ਡਾਇਰੈਕਟਰ ਆ ਸੋ ਉਹਨਾਂ ਨਾਲ ਜਿੱਦਾਂ ਗੱਲ ਕਰਦੇ ਉਹ ਕਹਿੰਦੇ ਵੀ ਮੇਰੀ ਇੱਕ ਖਾਹਿਸ਼ ਹੈ ਕਿ ਇਸ ਤਰ੍ਹਾਂ ਇੱਕ ਫੈਸਿਲਿਟੀ ਹੋਵੇ ਜਿੱਥੇ ਆਪਾਂ ਇਹਨਾਂ ਬੱਚਿਆਂ ਨੂੰ ਰੱਖ ਸਕੀਏ ਤਾਂ ਕਿ ਆਪਾਂ ਨੂੰ ਇੱਦਾਂ ਹੋਰ ਕਿਤੇ ਨਾ ਭੇਜਣੇ ਪੈਣ ਸੋ ਮੈਂ ਕਿਹਾ ਭੈਣ ਜੀ ਤੁਸੀਂ ਮੇਰੇ ਮੂੰਹ ਦੇ ਆਵਾਜ਼ ਮੇਰੇ ਤੋਂ ਖੋ ਲੈ ਤੇ ਸ਼ੋਰ ਜ਼ਰੂਰ ਹੋਏਗਾ ਸੋ ਅਸੀਂ ਆ ਕੇ ਇੱਥੇ ਉਸ ਵਾਸਤੇ ਫੰਡ ਰੇਜ਼ ਕੀਤਾ ਉਸਦੀ ਸ਼ੁਰੂਆਤ ਕੀਤੀ ਸ਼ੁਰੂਆਤ ਅਸੀਂ ਕਰ ਲਈ ਸੀ ਜਦੋਂ ਕਿ ਉਸ ਵੇਲੇ ਜਿਹੜੇ ਪੈਰਾਮੀਟਰ ਸੀਗੇ ਇੰਡੀਆ ਦੇ ਵਿੱਚ ਅਸੀਂ ਇੱਥੋਂ ਡਾਕਟਰ ਰਜਿੰਦਰ ਜੋ ਕਿ ਸਾਡੇ ਸਹਾਇਤਾ ਦੇ ਉੱਥੇ ਦੇ ਬਾਨੀ ਨੇ ਉਹ ਇੱਥੇ ਆਏ ਅਸੀਂ ਫਿਰ ਫੈਸਿਲਿਟੀਜ਼ ਇੱਥੇ ਵਿਜ਼ਿਟ ਕੀਤੀਆਂ ਡਿਸੇਬਲ ਸੋ ਉਹਦੇ ਤੋਂ ਲੈ ਕੇ ਅਸੀਂ ਉਹ ਫੈਸਿਲਿਟੀ ਸ਼ੁਰੂ ਕੀਤੀ ਘਰ ਦੇ ਬਣਾਉਂਦੇ ਸ਼ੁਰੂ ਕਰ ਲਈ ਜਦੋਂ ਕੰਧਾਂ ਕੁੰਧਾਂ ਉਸਰ ਗਈਆਂ ਤਾਂ ਗੌਰਮੈਂਟ ਨੇ ਰੈਗੂਲੇਸ਼ਨਸ ਚੇਂਜ ਕਰ ਦਿੱਤੀਆਂ ਸੋ ਵੀ ਹੈਵ ਟੂ ਗੋ ਬੈਕ ਅਗੇਨ ਟੂ ਰੀਡੂ ਅਕੋਰਡਿੰਗ ਟੂ ਦਾ ਨਿਊ ਡਾਇਮੈਂਸ਼ਨਸ ਨਿਊ ਗਾਈਡਲਾਈਨਸ ਸੋ ਉਹਦੇ ਨਾਲ ਸਾਡਾ ਜਿਹੜਾ ਕੰਮ ਥੋੜ੍ਹਾ ਜਿਹਾ ਪਿੱਛੇ ਹੋ ਗਿਆ ਬਟ ਦੈਨ ਟੂ ਈਅਰਸ ਅਗੋ ਵੀ ਫਿਨਿਸ਼ ਦੈਟ ਬਿਲਡਿੰਗ ਬਟ ਉਸ ਦੇ ਦੌਰਾਨ ਜਿੱਦਾਂ ਕਹਿ ਲਓ ਪਰਮਾਤਮਾ ਦਾ ਕ੍ਰਿਸ਼ਮਾ ਹੋਇਆ ਕਿ ਉਸ ਬੱਚੀ ਦੇ ਲਈ ਇੱਕ ਕਪਲ ਜੋ ਕਿ ਸਾਊਥ ਇੰਡੀਆ ਤੋਂ ਸੀ ਉਹ ਆਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਅਡੋਪਟ ਕਰਨੀ ਹੈ ਉਸ ਦੇ ਵਿੱਚ ਕੀ ਸੀ ਕਿ ਉਹ ਜਿਹੜਾ ਉਹਦਾ ਜਿਹੜਾ ਹੁਣ ਫਾਦਰ ਹੈ ਉਹਦਾ ਉਹ ਇੰਡੀਅਨ ਸੀ ਬਟ ਜਿਹੜੀ ਮਦਰ ਸੀ ਉਹਦੀ ਉਹ ਇੱਥੇ ਦੀ ਸੀ ਅਮੈਰੀਕਨ ਸੀ ਦੇ ਬੋਥ ਇੰਜੀਨੀਅਰਸ ਦੇ ਵੈਂਟ ਬੈਕ ਫਰੋਮ ਬੇ ਏਰੀਆ ਟੂ ਇੰਡੀਆ ਐਂਡ ਵਰ ਵਰਕਿੰਗ ਦੇਅਰ ਸੋ ਉਹ ਦੇ ਕੇਮ ਐਂਡ ਸ਼ੀ ਜਸਟ ਗੋਟ ਅਟੈਚ ਟੂ ਦੈ ਮਦਰ ਸੋ ਕੁਇਕ ਉਹਨਾਂ ਨੇ ਦੂਜੇ ਦਿਨ ਸਾਨੂੰ ਉੱਥੇ ਜਦੋਂ ਪਹੁੰਚ ਕੇ ਉਹਦੀ ਫੋਟੋਆਂ ਭੇਜੀਆਂ ਤਾਂ ਐਂ ਲੱਗਦਾ ਹੀ ਨਹੀਂ ਸੀ ਵੀ ਜਿੱਦਾਂ ਕਿਤੇ ਉਹ ਸਾਡੇ ਕੋਲੋਂ ਗਈ ਹੁੰਦੀ ਹੈ ਉਹ ਇੱਦਾਂ ਲੱਗਦੀ ਸੀ ਵੀ ਜਿੱਦਾਂ ਉਹਨਾਂ ਦੇ ਨਾਲ ਇੰਨੀ ਘੋੜ ਮਿਲ ਗਈ ਹਾਲੇ ਕਿ ਸ਼ੀ ਵਾਜ਼ ਜਸਟ ਅ ਬੇਬੀ ਐਟ ਦੈਟ ਟਾਈਮ ਹਾਲੇ ਤੁਸਦੀ ਨਹੀਂ ਸੀਗੀ ਤੇ ਸੋ ਉਹ ਸਾਡਾ ਇੱਕ ਪਹਿਲਾ ਡਿਸਏਬਲਡ ਬੇਬੀ ਸੀ ਜਿਹੜਾ ਅਡੋਪਟ ਹੋਇਆ ਸੀ ਉਸ ਤੋਂ ਸੋ ਉਹ ਆਨੰਦ ਘਰ ਸਾਡਾ ਚੱਲ ਰਿਹਾ ਉੱਥੇ ਬੱਚੇ ਹੈਗੇ ਆ ਕੁਛ ਜਿਹਨਾਂ ਦੀਆਂ ਡਿਸਬਿਲਿਟੀਜ਼ ਉੱਦਾਂ ਨੇ ਫਿਜ਼ੀਕਲ ਡਿਸਬਿਲਿਟੀ ਜਾਂ ਵਿਜੂਅਲੀ ਇੰਪੇਅਰਡ ਨੇ ਉਹ ਬੱਚੇ ਨੇ ਉੱਥੇ ਸੋ ਉਹ ਫੈਸਿਲਿਟੀ ਸਾਹਿਬ ਨਾਲ ਹੈ ਸਰ ਯੂ ਨੋ ਆਫ ਕੋਰਸ ਤੁਹਾਡਾ ਪੈਸ਼ਨ ਹਮੇਸ਼ਾ ਬੱਚਿਆਂ ਦੇ ਨਾਲ ਜੁੜਿਆ ਹੋਇਆ ਬਟ ਜਿਨ੍ਹਾਂ ਦਾ ਵੀ ਦਿਲ ਪੰਜਾਬ ਦੇ ਨਾਲ ਜੁੜਿਆ ਹੈ ਉਹਨਾਂ ਦੇ ਮਨੋਂ ਕਿਸਾਨ ਅਤੇ ਖੇਤੀਬਾੜੀ ਅਤੇ ਉਹ ਵੱਖ ਵੱਖ ਜੋ ਆਪਾਂ ਕਹਿ ਸਕਦੇ ਹਾਂ ਡਰੋਬੈਕਸ ਹਨ ਇਸ ਏਰੀਆ ਦੇ ਵਿੱਚ ਉਹਨਾਂ ਦੇ ਦਿਮਾਗ ਤੋਂ ਦੂਰ ਨਹੀਂ ਅਤੇ ਤੁਹਾਡੇ ਵੀ ਦਿਲੋਂ ਦੂਰ ਨਹੀਂ ਸੀਗੇ ਸਾਹਿਤਾ ਨੇ ਜਦੋਂ ਖਾਸ ਕਰਕੇ ਜਦੋਂ ਫਾਰਮਰ ਸੂਸਾਈਡਸ ਦਾ ਬਹੁਤ ਬਹੁਤ ਹੀ ਜ਼ਿਆਦਾ ਵੱਡੇ ਲੈਵਲ 'ਤੇ ਇਹ ਘਟਨਾਵਾਂ ਹੋ ਰਹੀਆਂ ਸੀ ਉਸ ਵੇਲੇ ਤੁਸੀਂ ਇਸ ਪਾਸੇ ਵੀ ਆਪਣੀ ਐਫਰਟਸ ਲਗਾਉਣ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਸਾਨੂੰ ਥੋੜ੍ਹਾ ਦੱਸੋ ਹਾਂਜੀ ਇਹ ਜਿਹੜਾ ਫਾਰਮਰ ਸਪੋਰਟ ਪ੍ਰੋਜੈਕਟ ਹੈਗਾ ਔਰ ਸਪੋਰਟ ਫਾਰ ਦਾ ਡਿਸਟ੍ਰੈਸਡ ਫਾਰਮਰ ਐਂਡ ਫਾਰਮ ਲੇਬਰ ਇਹ ਅਸੀਂ ਪਹਿਲਾਂ ਇਹਦੀ ਸ਼ੁਰੂਆਤ ਬੁਨਿਆਦ ਸੀ ਜਿਹੜੀ 2012 ਦੇ ਵਿੱਚ ਸ਼ੁਰੂ ਕੀਤੀ ਸੀ ਮਾਈਕਰੋ ਫਾਈਨੈਂਸਿੰਗ ਤੋਂ ਕਿ ਉਹਨਾਂ ਨੂੰ ਜੇ ਅਸੀਂ ਲੋਨ ਸਸਤੇ ਰੇਟਾਂ 'ਤੇ ਲੈ ਦਈਏ ਕਿਉਂਕਿ ਜਿਹੜੇ ਆਮ ਜਿਹੜੇ ਲੋਕ ਜਿੱਦਾਂ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਜਿਹੜੀ ਫਾਰਮ ਲੇਬਰ ਹੈ ਨਾ ਉਹਨਾਂ ਦੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਜਿਹੜੀ ਉਹ ਗਹਿਣੇ ਰੱਖ ਕੇ ਉੱਤੇ ਲੋਨ ਲੈ ਲੈਣ ਜਦਕਿ ਫਾਰਮਰ ਕੋਲ ਲੈਂਡ ਹੁੰਦੀ ਹੈ ਸੋ ਉਹਨਾਂ ਨੂੰ ਉਹ 20-25% ਤੇ ਲੋਨ ਲੈਣਾ ਪੈਂਦਾ ਸੀ ਜਿਹੜਾ ਕਿ ਉਹਨਾਂ ਤੋਂ ਵਿਚਾਰਿਆਂ ਤੋਂ ਵਿਆਜ ਵੀ ਨਹੀਂ ਸੀ ਲੈਤਦਾ ਸੋ ਉਸ ਵਾਸਤੇ ਅਸੀਂ ਸੋਚਿਆ ਵੀ ਪਹਿਲਾਂ ਫਾਈਨੈਂਸਿੰਗ ਵਾਲੇ ਪਾਸਿਓਂ ਵੀ ਉਹਨਾਂ ਨੂੰ ਕੁਛ ਕਰੀਏ ਪਰ ਉਹਦੇ 'ਤੇ ਜਿੱਦਾਂ ਆਪਾਂ ਗੱਲ ਕੀਤੀ ਸੀ ਕੋਈ ਸਾਡਾ ਹੱਲ ਨਾ ਹੋਇਆ ਅਤੇ ਅਸੀਂ ਪੋਲੀਟੀਕਲੀ ਹੈ ਨਹੀਂ ਸੀ ਕੁਰੈਕਟ ਉਸ ਵੇਲੇ ਅਤੇ ਫਿਰ ਅਸੀਂ 2015 ਦੇ ਵਿੱਚ ਸੈਕਿੰਡ ਟਾਈਮ ਐਫਰਟ ਕੀਤੀ ਪਰ
उस वेले भी पहला जो मैं थोड़ा दसा एक बस कि मैं इतने असी आके जो इंडिया सारा सैट करके पी ए यू तो असी डाटा लिया सारा उन्होंने पिंड कले पिंड जोड़े म मोगा एंड मानसा डिस्ट्रिक्ट हर एक पिंड कि सुसाइड हुई कोकरी कला सारे नो बड़ा सी उस वेले 28 सुसाइड हुई उस पिंड सो मैं इतने आके मैं चलो देखते हैं जो फार्मर प्रोजेक्ट पा के क्राउड फंडिंग कर दी है मैनू उस साल $750 सिर्फ कट्ठा होया जिहड़ा कि जिहने थोड़ा जिहा दिल जिद्दां झंझोड़ दे दित्ता भी साढ़े लोग सारे इत्थे असीं फार्मर किसान हैगे आ इन्ना भी नहीं है किसी नूं भी असीं जिहड़े साढ़े लोग इदां मरदे फिरदे आ जिहड़े बेचारे गरीब आ किसान एक एक दो दो एकड़ां वाले उन्हां दे लई असीं कुछ कर सकीए चलो पर फिर भी मैं कहिंदा नहीं जदों हुण आपां शुरू कर लिया इहनूं करना ही करना हैगा सो एंड असी वर्क इस हिसाब न ही करते हैं कि असी एज ए रिजर्व कम करते हैं साढ़े असी ये नहीं हुंदा भी जो सानू लोड़ पवे असी पैसे इकट्ठे कर लेंगे साडा जिहड़ा वर्किंग एक होर डिफरेंट है कि असी यकदम नहीं कम करते एकदम नहीं कम करते नी जर्क रिएक्शन के नाल नहीं असी किसी भी चीज़ के इनवॉल्व होंगे क्योंकि सानू सस्टेनेबल चीज़ चाहिए असी सस्टेनेबल प्रोजेक्ट्स रन करते हैं जिहड़े उदों दे चली जाते जो 2005 प्रोजेक्ट हले भी चली जाते हैं सिर्फ एक प्रोजेक्ट असी उहदे चों छड्या सी जिहड़ा कि प्रभ आसरा हैगा वह भी साडा कैनेडा की ऑर्गेनाइजेशन सोली सोली उन्हां दा प्रोजेक्ट सी प्रभ आसरा तो फिर जदों उन्होंने इत्थे अपनी रजिस्ट्रेशन उन्हां दी हो गई सब कुछ हो गया दैन भी असी कहा भी असी बाकी दे होर प्रोजेक्ट असी फिर उदों फार्मर वाला प्रोजेक्ट लै लिया सी कर लिया सी सो उस दे तहत असी जिहड़ियां फैमिलियां सानू मिलियां उन्होंने दित्तियां सानू असी उन्हां दीआं विजिट कीतियां हाउस विजिट कीतियां उन्हां दीआं कल्ले कल्ले दे जा के उन्हां दे हालात देखे मतलब दिल बहुत टुट जाता है जो तुम उन्होंने बच्चों उन्होंने मापियां जो बचे हुए है उन्होंने देखा किदा किदा उन्होंने किनिया किनिया आहत आफत जलिया होंगे तो हर वे यही होंगे सी नहीं इन्होंने नहीं जवाब दे सकते इन भी नहीं जवाब दे सकते सो करते कराते साढ़े को 70-80 फैमलिया हो गई 2016 जिड़िया कि असी उस वेले कीतिया हौली हौली जिदा बधी गया सिलसिला बधी गया ते असी उन्होंने बच्चे जड़े से उन्होंने भारत कॉलेज यूनिवर्सिटियां जो स्कूल से उन्होंने भी उन्होंने सारी असं एजुकेशन का सपोर्ट करते हैं उन्होंने बुक्स जेडे उन्होंने विंटर ड्रैस समर ड्रैस उन्होंने शूज सॉक्स जिहड़ी भी चीज़ उन्होंने लोड़ आ ट्रांसपोर्टेशन भी उन्होंने असी प्रोवाइड करते हैं जिहड़े बच्चे होस्टल के रेंदे उन्होंने रेजीडेंस उन्होंने भी असं प्रोवाइड करते हैं साढ़े को बच्चे इस वे जो एजुकेशन के उस तरह प्रोजेक्ट के तकरीबन 1400 बच्चा है साढ़े को जिहड़ा के जी तो लैके एम बी ए MBA, BE, MBBS दे विच हैगा सो असी इन्ने बच्चों की असी फंडिंग करते हैं इतों बह के सो पंजाब च जाण दा साडा इह वी हुंदा है कि जदों उन्हां बच्चों मिली दा तो थोड़ी रूह खुश हो जाती है थोड़ी सारी ही मेहनत जो क्योंकि मेन फंडिंग जी सारी असी अमेरिका तो कैनेडा तो करते हैं इंडिया सानू कोई फंड्स नहीं दिंदा बहुत क्योंकि पता नहीं होया ही नहीं साडा उत्थों बनिया नहीं कोई हिसाब किताब जिहा सो इत्थे ही असी फंडिंग आके करते हैं तो सो वो बहुत सीगा तो फार्मर्स दे विच हुण जिद्दां कह लो वी असी तकरीबन पिछले साल साढ़े 20 बच्चियां मोस्टली जिहड़ियां गर्ल्स आ सो उन्हां दे नाल साडा जिद्दां ज़्यादा चलिया कि बहुत होशियार होशियार कुड़ियां भी सीगियां तो सो उन्हां च 20 ने अपनी ग्रैजुएशन कर ली हैगी आ तो इस तरह ही इस साल होणगे कुछ उदा हो ही जाणगे सो इस वक्त साढ़े को तकरीबन कल तक परसों तक 145 फैमलियां सी ते तकरीबन 180 बच्चे सी ते कल मैनूं राती आया सीगा फोन के 2 या 3 उन्होंने होर आइडेंटीफाई कीतियां सो उस दे विच साढ़े को जिहड़ियां होण वालियां जिहड़ियां फैमलीज ऐड कीतियां ओह फार्मर्स जिहड़ियां अपने हुण मूवमेंट है जिहड़े उहदे दौरान जिहड़ियां अफेक्टेड फैमलीज ने उन्हां दीआं फैमलीज ने जिन्हां दे सुसाइड जां जिन्हां ने अपने डैथ हो गई जिन्हां दी विच फैमलियां दे विच उन्हां दे विच विजिट हो रहे अजकल असीं उत्थे कर रहे हां ते असीं ओह भी उन्हां लोकां दी भी देखभाल कर रहे हां जिन्हां दे सट्टां लगियां हांजी हांजी 26 तरीक नूं लगियां चाहे पहलां जाण वेले लगियां जिहदे विच कि मुंडा सी जिहदी अख दे विच वाटर कैनन लग्गा सी उहदी रेटना पिछों डिटैच हो गई उहदी सर्जरी दा सारा खर्च कुछ सारा कुछ असीं चुक्किया है इसे तरह ही होर बच्चे जिहड़े असीं एक्चुअली ईवन मैट बाबा जग्गी
ਸੋ ਮਾਈ ਟੀਮ ਜਿਹੜੀ ਉੱਥੋਂ ਗਈ ਸੀ ਜਿਨ੍ਹਾਂ ਦੇ ਕਿ ਸੱਟ ਲੱਗੀ ਸੀ ਉਸ ਵੇਲੇ ਤੇ ਜਿਹੜਾ ਬਹੁਤ ਮਸ਼ਹੂਰ ਹੋਇਆ ਜਿਨ੍ਹਾਂ ਦਾ ਕੰਮ ਤੇ ਪਰ ਉਹ ਇੱਕ ਸ਼ਖਸ ਇਹੋ ਜਿਹਾ ਹੈ ਜਦ ਉਹਦੇ ਕੋਲ ਗਏ ਅਸੀਂ ਵੀ ਤੁਹਾਨੂੰ ਕੀ ਜ਼ਰੂਰਤ ਆ ਅਸੀਂ ਉਹਨੂੰ ਦੱਸਿਆ ਵੀ ਆਹ ਅਸੀਂ ਕਰਦੇ ਹਾਂ ਕਹਿੰਦਾ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਮੈਨੂੰ ਮੈਂ ਜਿਹੜੇ ਮੇਰੇ ਕੋਲ ਜੇ ਮੈਂ ਇੱਥੋਂ ਬੱਚੇ ਤੁਹਾਨੂੰ ਦੱਸਾਂ ਵੀ ਜਿਨ੍ਹਾਂ ਦੀ ਪੜ੍ਹਾ ਬਹੁਤ ਲਾਇਕ ਬੱਚੇ ਨੇ ਪਰ ਉਹਨਾਂ ਦੇ ਘਰ ਪੜ੍ਹਾ ਨਹੀਂ ਸਕਦੇ ਜੋ ਤੁਸੀਂ ਪੜ੍ਹਾ ਦਿਓਗੇ ਅਸੀਂ ਕਿਹਾ ਵੀ ਸਾਡਾ ਤਾਂ ਕੰਮ ਹੈ ਇਹ ਸੋ ਉਹ ਕਹਿੰਦਾ ਮੈਂ ਤੁਹਾਨੂੰ ਦੱਸੂਗਾ ਮੈਂ ਤੁਹਾਨੂੰ ਕੰਟੈਕਟ ਕਰੂੰਗਾ ਹੈ ਨਾ ਅਤੇ ਵੀ ਮੈਨੂੰ ਇਨਫੋਰਮੇਸ਼ਨ ਦੇ ਦਿਓ ਕਿੱਦਾਂ ਕਰਨੀ ਸੋ ਇਹੋ ਜਿਹੇ ਇਨਸਾਨ ਵੀ ਹੈਗੇ ਆ ਜਿਹੜੇ ਇੰਨਾ ਆਪਣਾ ਨਾ ਸੋਚ ਕੇ ਦੂਜਿਆਂ ਦਾ ਸੋਚਦੇ ਕਰਦੇ ਆ ਸੋ ਇਸੇ ਤਰ੍ਹਾਂ ਹੀ ਜਿਹੜਾ ਇੱਕ ਹੋਰ ਪ੍ਰੋਜੈਕਟ ਜਿਹੜਾ ਮੇਰੇ ਬਹੁਤ ਦਿਲ ਦੇ ਕਰੀਬ ਸੀ ਉਹ ਸੀ ਸਿਕਲੀਗੜ੍ਹ ਸਿੱਖਸ ਦਾ ਜਿਹੜਾ ਕਿ ਅਸੀਂ ਜਦੋਂ 25th ਐਨਵਰਸਰੀ ਸੀਗੀ 2009 ਦੇ ਵਿੱਚ ਆਪਣੇ 84 ਦੇ ਘੱਲੂਘਾਰੇ ਦੀ ਕਿਉਂਕਿ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਸੋ ਉਸ ਵੇਲੇ ਮੈਂ ਤਰਲੋਕਪੁਰੀ ਅਤੇ ਸੁਲਤਾਨਪੁਰੀ ਦੋਨਾਂ ਦੇ ਵਿੱਚ ਵਿਜ਼ਿਟ ਕੀਤਾ ਅਸੀਂ ਉੱਥੇ ਕੈਂਪ ਵਗੈਰਾ ਵੀ ਲਾਏ ਉਹਨਾਂ ਦੇ ਨਾਲ ਬਹੁਤ ਸਾਡਾ ਰਾਸਤਾ ਰਿਹਾ ਹੈਗਾ ਉਹਨਾਂ ਦੇ ਬੱਚਿਆਂ ਨੂੰ ਵੀ ਅਸੀਂ ਫਿਰ ਟ੍ਰੇਨ ਕੀਤਾ ਪੜ੍ਹਾਇਆ ਵੀ ਉਹਨਾਂ ਨੂੰ ਕਰਦੇ ਰਹੇ ਕੋਸ਼ਿਸ਼ ਕੀਤੀ ਕਿ ਅਸੀਂ ਇਹ ਲਿਟਲ ਹੈਪੀਨੈਸ ਫਾਊਂਡੇਸ਼ਨ ਦੇ ਥੱਲੇ ਪੈਨਲ ਦੇ ਥੱਲੇ ਉਹਨਾਂ ਨੂੰ ਜੋੜਿਆ ਜਾਵੇ ਫਿਰ ਉਸ ਤੋਂ ਬਾਅਦ ਹੁਣ 3 ਸਾਲ ਹੋ ਗਏ ਸਾਨੂੰ ਅਸੀਂ ਆਪਣੇ ਰਾਜਸਥਾਨ ਦੇ ਵਿੱਚ ਅਲਵਰ ਦੇ ਵਿੱਚ ਜਿਹੜੀ ਕਿ ਆਪਣੇ ਸੰਤ ਸਿੰਘ ਮਸਕੀਨ ਦਾ ਸ਼ਹਿਰ ਹੈ ਸੋ ਉੱਥੇ ਦੇ ਜਿਹੜੀ ਸਿਕਰੀਗੜ੍ਹ ਸਿੱਖਸ ਨੇ ਉਹਨਾਂ ਦੇ ਵਿੱਚ ਅਸੀਂ ਇੱਕ ਸੈਕਿੰਡ ਚਾਂਸ ਸਕੂਲ ਚਲਾਉਂਦੇ ਹਾਂ ਜਿਹੜਾ ਕਿ ਉਹਨਾਂ ਬੱਚੀਆਂ ਨੂੰ ਇੱਕ ਚਾਂਸ ਹੈ ਦੁਬਾਰਾ ਜਿਨ੍ਹਾਂ ਨੇ ਪੜ੍ਹਿਆ ਨਹੀਂ ਜਿਨ੍ਹਾਂ ਨੂੰ ਵਿੱਚ ਸਕੂਲ ਛੁੱਟ ਗਿਆ ਜਿਨ੍ਹਾਂ ਨੂੰ ਅਸੀਂ 10ਵੀਂ ਅਤੇ 12ਵੀਂ ਉੱਥੇ ਪ੍ਰਾਈਵੇਟ ਕਰਾ ਕੇ ਅੱਗੇ ਅਸੀਂ ਕਾਲਜਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਦਵਾਉਂਦੇ ਹਾਂ ਨਾਲ ਹੀ ਨਾਲ ਅਸੀਂ ਉੱਥੇ ਇੱਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਚਲਾਉਂਦੇ ਹਾਂ ਜਿੱਥੇ ਕਿ ਉਹਨਾਂ ਨੂੰ ਕੰਪਿਊਟਰ ਲਰਨਿੰਗ ਐਂਡ ਅਦਰ ਸੋਰਸਿਸ ਆਫ ਡਾਕਟਰ ਸਾਹਿਬ ਦਿਲ ਤਾਂ ਕਰਦਾ ਹੈ ਕਿ ਮੈਂ ਹੋਰ ਇਸ ਸੰਸਥਾ ਬਾਰੇ ਤੁਹਾਡੇ ਤੋਂ ਪੁੱਛਦੀ ਜਾਵਾਂ ਬਿਕੋਜ਼ ਤੁਸੀਂ ਇੰਨੇ ਡਿਫਰੈਂਟ ਚੀਜ਼ਾਂ ਕਰ ਰਹੇ ਹੋ ਐਂਡ ਯੂ ਨੋ ਬਹੁਤ ਸੁਣ ਕੇ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਆਈ ਐਮ ਸ਼ੋਰ ਸਾਡੇ ਵਿਊਅਰਸ ਨੂੰ ਬਹੁਤ ਹੀ ਜਿੱਦਾਂ ਕਹਿੰਦੇ ਆ ਪ੍ਰਾਊਡ ਫੀਲ ਹੋ ਰਿਹਾ ਹੈ ਅਤੇ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਬਾਰੇ ਜਿਨ੍ਹਾਂ ਬਾਰੇ ਕੋਈ ਨਹੀਂ ਸੋਚਦਾ ਜਿਨ੍ਹਾਂ ਦਾ ਕਿਸੇ ਦੇ ਮਤਲਬ ਟੋਪ ਆਫ ਮਾਇੰਡ ਉਹ ਗੱਲ ਆਉਂਦੀ ਨਹੀਂ ਹੈ ਉਹਨਾਂ ਬੱਚਿਆਂ ਦਾ ਤੁਸੀਂ ਦੇਖਭਾਲ ਕਰ ਰਹੇ ਹੋ ਸਹਾਇਤਾ ਸੰਸਥਾ ਦੇ ਤੁਹਾਡੀ ਟੀਮ ਮੈਂਬਰਸ ਦੇਖਭਾਲ ਕਰ ਰਹੇ ਹਨ ਬਟ ਵੀ ਮਸਟ ਟਾਕ ਅਬਾਊਟ ਦੀ ਵੈਕਸੀਨਸ ਬਿਕੋਜ਼ ਦੈਟ ਇਜ਼ ਦਾ ਨੀਡ ਆਫ ਦਾ ਡੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ ਡਾਕਟਰ ਸੰਧੂ ਸਰ ਨਾਲ ਜੁੜੇ ਹਨ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਅਤੇ ਅੱਜ ਦਾ ਮੁੱਦਾ ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ ਖਾਸ ਕਰਕੇ ਸਾਡੀ ਕਮਿਊਨਿਟੀ ਲਈ ਕੋਵਿਡ ਵੈਕਸੀਨਸ ਤੋਂ ਲੈ ਕੇ ਬਹੁਤ ਹੀ ਵੱਡੇ ਲੈਵਲ 'ਤੇ ਬਹੁਤ ਹੀ ਜ਼ਿਆਦਾ ਜਾਣਕਾਰੀ ਨਿਕਲ ਰਹੀ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਬਟ ਜਿੱਥੇ ਕੋਵਿਡ ਅਤੇ ਵੈਕਸੀਨਸ ਦੀ ਗੱਲ ਆਉਂਦੀ ਹੈ ਹੂ ਬੈਟਰ ਦੈਨ ਅ ਮੈਡੀਕਲ ਪ੍ਰੋਫੈਸ਼ਨਲ ਅਤੇ ਸਾਡੇ ਨਾਲ ਜੁੜੇ ਹਨ ਨਾ ਜਸਟ ਅ ਮੈਡੀਕਲ ਪ੍ਰੋਫੈਸ਼ਨਲ ਬਟ ਜੋ ਕਮਿਊਨਿਟੀ ਦੀ ਸੇਵਾ ਵੀ ਕਰ ਰਹੇ ਡਾਕਟਰ ਹਰਕੇਸ਼ ਸਿੰਘ ਸੰਧੂ ਜੀ ਫਾਊਂਡਰ ਆਫ ਸਾਹਿਤਾ ਐਂਡ ਕੋਵਿਡ ਦੇ ਵਿੱਚ ਕਿੰਨੇ ਵੱਡੇ ਲੈਵਲ 'ਤੇ ਇਹਨਾਂ ਦੀ ਐਫਰਟਸ ਸ਼ੁਰੂਆਤ ਤੋਂ ਲੱਗੀ ਹੋਈ ਆ ਉਹਨਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਅਤੇ ਵੈਕਸੀਨਸ ਬਾਰੇ ਤੁਹਾਨੂੰ ਕੀ ਕੁਛ ਪਤਾ ਹੋਣਾ ਚਾਹੀਦਾ ਡਾਕਟਰ ਸੰਧੂ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸਾਹਿਬ ਤੁਸੀਂ ਯੂ ਨੋ ਆਈ ਰੀਅਲੀ ਵਾਂਟ ਟੂ ਗੈਟ ਆਲ ਦਿਸ ਇਨਫੋਰਮੇਸ਼ਨ ਆਊਟ ਬਟ ਮੈਂ ਵਿਊਰਸ ਇੱਕ ਵਾਰੀ ਫਿਰ ਦੱਸਣਾ ਚਾਹੁੰਦੀ ਇੱਥੇ ਕੋਵਿਡ ਦੀ ਗੱਲ ਆਉਂਦੀ ਹੈ ਆਈ ਮੀਨ ਤੁਸੀਂ ਬਿਗਿਨਿੰਗ ਤੋਂ ਆਪਣੇ ਐਫਰਟਸ ਆਪਣੇ ਕੰਟੈਕਟਸ ਯੂਜ਼ ਕਰਕੇ ਭਾਵੇਂ ਜਦੋਂ ਪੀ ਪੀ ਈ ਦੀ ਸ਼ੋਰਟੇਜ ਸੀਗੀ ਫਰੰਟਲਾਈਨ ਵਰਕਰਸ ਲਈ ਉਹ ਵੀ ਤੁਸੀਂ ਅਰੇਂਜ ਕੀਤਾ ਜਦੋਂ ਵੈਕਸੀਨਸ ਦੀ ਗੱਲ ਆਉਂਦੀ ਹੈ ਯੂ ਯੂਰ ਸੈਲਫ ਹੈਵ ਟੇਕਨ ਇਟ You work as a, you know, your professional life, of course, besides being a medical professional, you're a director of various nursing homes. So, to see, khas karke jo sade buzurg sanu vekh rahe hain, unhan layi tuhade kol bahut hi, main kahangi, up-to-date information hegi. Your own parents, nu vi vaccine lagi hui hai, tuhanu vi lagi hui hai. Doctor saab, sabse pehle main tuhade to eh puchna chahangi, aaj di date de vich, there's 2 vaccines, ik ta aur 2 shot wali hegi, te ese hafte, Johnson & Johnson ਦੀ ਸਿੰਗਲ ਸ਼ਾਟ ਵਾਲੀ ਵੈਕਸੀਨ ਰਿਲੀਜ਼ ਹੋਈ ਹੈ ਤੁਸੀਂ ਖੁਦ 2 shot ਵਾਲੀ ਵੈਕਸੀਨ ਲਗਾਈ ਹੈ ਐਂਡ ਉਹਦੇ ਵਿੱਚ ਕੁਛ ਇਹੋ ਜਿਹੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਦੈਟ ਦੇਅਰ ਸਮ ਰਿਐਕਸ਼ਨਸ ਐਂਡ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਾਈਡ ਇਫੈਕਟ ਹੁੰਦੇ ਹੈ 2 shot ਵੈਕਸੀਨ ਨੂੰ ਲੈ ਕੇ ਸਭ ਤੋਂ ਪਹਿਲੇ ਉਹਦੇ ਬਾਰੇ ਤੁਸੀਂ ਸਾਨੂੰ ਕੀ ਦੱਸ ਸਕਦੇ ਹੋ ਜੋ 2 shot ਵੈਕਸੀਨ ਹੈਗੀ ਹਾਂਜੀ ਜਿਹੜਾ 2 shot ਵੈਕਸੀਨ ਦੇਅਰ ਇਜ਼ 1 ਫਰੋਮ ਫਾਈਜ਼ਰ
ਤੇ ਇੱਕ ਜਿਹੜਾ ਦੂਜਾ ਹੈਗਾ ਉਹ ਮਡਰਨਾ ਤੋਂ ਆ। ਇਹ ਜਿਹੜੇ ਵੈਕਸੀਨ ਦੋਨੇ ਹੈਗੇ ਆ ਇਹ ਇੱਕ ਜਿਹੜੀ ਕਹ ਲਓ ਪ੍ਰੋਟੀਨ ਹੁੰਦੀ ਹੈ ਖਾਸ ਜਿਹਨੂੰ ਅਸੀਂ ਮੈਸੈਂਜਰ ਆਰ ਐਨ ਏ ਕਹਿੰਦੇ ਹਾਂ ਤੇ ਉਸ ਦੇ ਬਣੇ ਨੇ। ਸੋ ਇਹਦੇ ਵਿੱਚ ਕੋਈ ਵਾਇਰਸ ਵਾਲਾ ਨਹੀਂ ਕੰਮ ਹੈ, ਇਹਦੇ ਵਿੱਚ ਵਾਇਰਸ ਨਹੀਂ ਹੁੰਦੀ। ਸੋ ਇਹ ਇੱਕ ਪ੍ਰੋਟੀਨ ਆ ਜਿਹੜੀ ਜਦੋਂ ਪ੍ਰੋਟੀਨ ਨੂੰ ਤੁਸੀਂ ਉਹ ਇੰਜੈਕਟ ਕਰਦੇ ਨੇ ਤਾਂ ਉਹ ਜਿਹੜੇ ਆਪਣੇ ਫੈਟ ਸੈੱਲ ਹੁੰਦੇ ਨੇ ਉਹਦੇ ਚ ਉਹਨਾਂ ਨੂੰ ਜਾ ਕੇ ਇੰਟਰੈਕਟ ਕਰਕੇ ਉੱਥੋਂ ਉਹ ਇੱਕ ਹੋਰ ਪ੍ਰੋਟੀਨ ਜਿਹੜੀ ਜਿੱਦਾਂ ਆਪਾਂ ਤੁਸੀਂ ਜਿਹਨਾਂ ਨੇ ਦੇਖਿਆ ਹੋਊਗਾ ਕੋਵਿਡ ਦੀ ਜਦੋਂ ਦਿਖਾਉਂਦੇ ਆ ਉਹ ਇੱਕ ਸਪਾਈਕਡ ਜਿਹੀ ਬਾਲ ਹੁੰਦੀ ਹੈ। ਸੋ ਉਹ ਸਪਾਈਕ ਪ੍ਰੋਟੀਨ ਕਹਿੰਦੇ ਆ ਉਹਨੂੰ। ਸੋ ਉਹ ਤੁਹਾਡੇ ਅੰਦਰ ਇੱਕ ਸਪਾਈਕ ਪ੍ਰੋਟੀਨ ਦੀ ਸ਼ੁਰੂਆਤ ਕਰਦੀ ਹੈ, ਨਾਲ ਨਾਲ ਉਹ ਤੁਹਾਡੇ ਜਿਹੜੇ ਸਕਿਲਰ ਸੈੱਲਸ ਉਹਨਾਂ ਨੂੰ ਕਹਿੰਦੇ ਜਿੱਦਾਂ ਕਿਹੜੇ ਬਿਮਾਰੀਆਂ ਨੂੰ ਢਾਉਂਦੇ ਆ ਸੈੱਲ ਟੀ ਸੈੱਲਸ ਹੁੰਦੇ ਆ ਉਹਨਾਂ ਨੂੰ ਸਟਿਮੂਲੇਟ ਕਰਦੇ ਆ। ਤੇ ਉਸ ਜਿਹੜੇ ਦੋਨੇ ਵੈਕਸੀਨ ਆ ਉਹਨਾਂ ਦਾ ਥੋੜਾ ਜਿਹਾ ਫਰਕ ਸਿਰਫ ਇਹ ਹੈ, ਇੱਕ ਤਾਂ ਹੈਗਾ ਕਿ ਫਾਈਜ਼ਰ ਦਾ ਜਿਹੜਾ ਵੈਕਸੀਨ ਆ ਉਹ ਬਹੁਤ ਸਾਨੂੰ ਲੋ ਟੈਂਪਰੇਚਰ ਤੇ ਕਰਨਾ ਪੈਂਦਾ, ਉਹ ਬਹੁਤ ਉਹਦੀ ਦਿੱਕਤ ਹੈਗੀ ਆ, ਹਰ ਇੱਕ ਥਾਂ ਦੇ ਉੱਤੇ ਇਹ ਨਹੀਂ ਹੋ ਸਕਦਾ ਸੀ। ਤੇ ਜਿਹੜਾ ਮਡਰਨਾ ਵਾਲਾ ਉਹ ਵੀ ਕਰਨਾ ਤੇ ਉਹਦੇ ਫ੍ਰੀਜ਼ ਹੀ ਕਰਨਾ ਪੈਂਦਾ, ਪਰ ਉਹਦੇ ਲਈ ਟੈਂਪਰੇਚਰ ਇੰਨੀ ਲੋੜ ਨਹੀਂ ਸੀ ਹੈਗੀ ਜਿੰਨੀ ਫਾਈਜ਼ਰ ਵਾਲੇ ਦੀ ਸੀ। ਸੋ ਫਾਈਜ਼ਰ ਵਾਜ਼ ਹਾਰਡ ਟੂ ਮੇਨਟੇਨ, ਸਪੈਸ਼ਲ ਰੈਫਰੀਜਰੇਟਰਸ ਜਿਹੜੇ ਉਹਦੇ ਲਈ ਚਾਹੀਦੇ ਸੀਗੇ ਕੋਲਡ ਸਟੋਰੇਜ ਦੇ, ਤੇ ਫਿਰ ਉਹਨਾਂ ਨੂੰ ਥਾ ਕਰਨਾ, ਫਿਰ ਉਹਨਾਂ ਨੂੰ ਵੈਕਸੀਨ ਲਾਉਣੀ। ਤੇ ਉਹ ਜਿਹੜਾ ਫਾਈਜ਼ਰ ਦਾ ਵੈਕਸੀਨ ਹੈਗਾ ਆ ਉਹਦੀ ਜਿਹੜਾ ਫਸਟ ਸ਼ਾਟ ਤੋਂ ਬਾਅਦ ਜਿਹੜੇ ਸੈਕਿੰਡ ਸ਼ਾਟ ਲੱਗਣਾ ਉਹ 3 ਹਫ਼ਤੇ ਬਾਅਦ ਲੱਗਣਾ। ਤੇ ਇੰਜ ਹੀ ਜਿਹੜਾ ਮਡਰਨਾ ਦਾ ਆ ਉਹ ਫਸਟ ਸ਼ਾਟ ਤੋਂ ਬਾਅਦ ਸੈਕਿੰਡ ਸ਼ਾਟ ਜਿਹੜਾ ਆ ਉਹ 4 ਹਫ਼ਤਿਆਂ ਬਾਅਦ ਲੱਗਣਾ। ਪਰ ਜੇ ਤੁਹਾਨੂੰ ਉਸ ਟਾਈਮ ਦੇ ਵਿੱਚ ਨਹੀਂ ਵੀ ਲੱਗਦਾ ਹਨਾ, ਜੇ ਤੁਹਾਡਾ ਜਿੱਦਾਂ 3 ਵੀਕ ਦਾ ਜਾਂ 4 ਵੀਕ ਦਾ ਹੋ ਗਿਆ, ਉਹਦੇ ਵਿੱਚ ਤੁਹਾਡੇ ਕੋਲ ਇੱਕ ਗ੍ਰੇਸ ਪੀਰੀਅਡ ਹੈਗਾ ਆ ਜਿਹੜਾ ਕਿ 42 ਡੇਜ਼ ਜਾਂ 6 ਹਫ਼ਤੇ ਲਾ ਲਓ, ਉਹਦੇ ਅੰਦਰ ਅੰਦਰ ਉਹ ਲਵਾਉਣਾ ਜ਼ਰੂਰੀ ਹੈਗਾ ਆ। ਹਾਂਜੀ, ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਜੋ ਇਹ ਸੈਕਿੰਡ ਸ਼ਾਟ ਲੱਗਦਾ ਹੈ, ਜੋ ਜਿੱਦਾਂ ਤੁਸੀਂ ਦੱਸਿਆ ਮਡਰਨਾ ਫਾਈਜ਼ਰ ਵੈਕਸੀਨ ਦੇ 2 ਸ਼ਾਟ ਹੁੰਦੇ, ਦੂਜੇ ਸ਼ਾਟ ਲਗਾਉਣ ਤੋਂ ਬਾਅਦ ਕਾਫੀ ਲੋਕਾਂ ਦੇ ਵਿੱਚ ਇੱਕ ਰਿਐਕਸ਼ਨ ਜਾਂਦਾ, ਤੁਸੀਂ ਵੀ ਮੈਨੂੰ ਆਪਣੇ ਬਾਰੇ ਦੱਸ ਰਹੇ ਸੀ, ਬਟ ਦਿਸ ਇਹ ਕੋਈ ਮਾੜੀ ਗੱਲ ਨਹੀਂ ਹੈ, ਇਨਫੈਕਟ ਰਿਐਕਸ਼ਨ ਇੱਕ ਪੋਜ਼ਿਟਿਵ ਸਾਈਨ ਹੁੰਦਾ, ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਜਦੋਂ ਪਹਿਲਾ ਸ਼ਾਟ ਲੱਗਿਆ ਸੀ ਨਾ ਸਿਰਫ ਮੇਰੇ ਇੱਕ ਸ਼ੋਲਡਰ ਜਿੱਦਾਂ ਲੈਫਟ ਸ਼ੋਲਡਰ 'ਚ ਪੇਨ ਸੀ ਅਤੇ ਬੈਕ 'ਚ ਥੋੜ੍ਹੀ ਪੇਨ ਸੀਗੀ, ਪਰ ਜਦੋਂ ਸੈਕਿੰਡ ਸ਼ਾਟ ਲੱਗਿਆ ਜਿਸ ਵਕਤ ਦੇ ਵਿੱਚ, ਅਤੇ ਉਸ ਦਿਨ ਮੈਨੂੰ ਜਿੱਦਾਂ ਮੈਂ ਤੁਹਾਡੇ ਨਾਲ ਵੀ ਕੀਤਾ ਸੀ ਕਿ ਪਹਿਲੇ ਦਿਨ ਮੈਨੂੰ ਮਾੜੀ ਜਿਹੀ ਡਿਜ਼ੀਨੈਸ ਹੋਈ ਉਸ ਦਿਨ, ਅਤੇ ਬਟ ਸੈਕਿੰਡ ਡੇ ਆਈ ਵਾਸ ਸੋ ਟਾਇਰਡ ਕਿ ਆਈ ਕੁਡ ਮੈਨੂੰ ਮੈਂ ਇੰਨਾ ਥੱਕ ਗਿਆ ਸੀ ਕਿ ਮੇਰੇ ਤੋਂ ਮੰਜੇ ਤੋਂ ਉੱਠ ਨਹੀਂ ਸੀ ਹੁੰਦਾ। ਅਤੇ ਮੈਂ ਜਦੋਂ ਫਿਰ ਟੈਂਪਰੇਚਰ ਚੈੱਕ ਕੀਤਾ ਤਾਂ 101 ਤੋਂ ਉੱਤੇ ਟੈਂਪਰੇਚਰ ਸੀ, ਤੇ ਮੈਨੂੰ ਇਹ ਹੋਇਆ ਕਿ ਕਿਤੇ ਮੈਨੂੰ ਸ਼ਾਟ ਦੇ ਨਾਲ ਕਿਉਂਕਿ ਮੈਂ ਦੱਸਦਾ ਵੇਰਸ ਲਈ ਮੇਰੇ ਕੋਲ 5 ਫੈਸਿਲਿਟੀਜ਼ ਦੇ ਜਿਨ੍ਹਾਂ ਦੇ ਵਿੱਚ ਮੈਂ ਕੰਮ ਕਰਦਾ, ਉਹਨਾਂ ਦੇ 5 ਦੇ ਵਿੱਚ ਹੀ 100% ਕਹਿ ਲਓ ਵੀ ਕੋਵਿਡ ਦੀ ਬਿਮਾਰੀ ਹੋ ਗਈ ਸੀ ਇਸ ਬਾਰੇ। ਤੇ ਸੋ ਮੈਨੂੰ ਇਹ ਸੀ ਕਿ ਕਿਤੇ ਮੈਂ ਉੱਥੋਂ ਉਹ ਤਾਂ ਨਹੀਂ ਪਿੱਕ ਕਰ ਲਈ, ਤੇ ਮੈਂ ਆਪਣੇ ਪੇਰੈਂਟਸ ਨੂੰ ਆਪਣੀ ਸਿਸਟਰ ਦੇ ਘਰ ਭੇਜ ਦਿੱਤਾ, ਤੇ ਮੈਂ ਆਪਣੀ ਕੁਆਰੰਟੀਨ 'ਚ ਮੈਂ ਕਿਹਾ ਮੈਂ ਤੁਹਾਨੂੰ ਕੁਆਰੰਟੀਨ ਕਰ ਲੈਣੀ ਹੈ ਘਰੇ। ਤੇ ਦੂਜੇ ਦਿਨ ਵੀ ਇਸੇ ਤਰ੍ਹਾਂ ਹੀ ਬੁਖਾਰ ਚੜਿਆ, ਬਹੁਤ ਪਸੀਨਾ ਆਇਆ, ਸ਼ਿਵਰਿੰਗ ਹੋਈ ਹਨਾ, ਤੇ ਬਟ ਨੋ ਹੋਰ ਕੋਈ ਨਹੀਂ ਸੀਗਾ, ਸਾਡੇ ਇਹੀ ਸੀਗੇ ਵੀ ਟਾਇਰ ਸੀਗਾ। ਬਟ ਦੈਨ ਮੈਂ ਟਾਇਲਨੋਲ ਵਗੈਰਾ ਲਈ, ਤੇ ਤੀਜੇ ਦਿਨ ਆਈ ਵਾਸ ਫੀਲਿੰਗ ਬੈਟਰ ਮੈਂ, ਪਰ ਤੀਜੇ ਦਿਨ ਜਾ ਕੇ ਮੈਂ ਆਪਣਾ ਕੋਵਿਡ ਟੈਸਟ ਵੀ ਕਰਵਾਇਆ ਜਿਹੜਾ ਨੈਗੇਟਿਵ ਆਇਆ। ਸੋ ਜਦੋਂ ਉਹ ਨੈਗੇਟਿਵ ਆਇਆ ਫਿਰ ਮੈਂ ਆਪਣੇ ਪੇਰੈਂਟਸ ਨੂੰ ਵਾਪਸ ਬੁਲਾਇਆ, ਪਰ ਤੁਸੀਂ ਆ ਜਾਓ। ਪਰ ਮੇਰੇ ਮਦਰ ਦੇ ਵੀ ਸ਼ਾਟ ਲੱਗੇ ਤੇ ਫਾਦਰ ਦੇ ਵੀ ਲੱਗੇ, ਮਦਰ ਦੇ ਸੈਕਿੰਡ ਸ਼ਾਟ ਨਾਲ ਕੁਛ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਵੀ ਉਹੀ ਸੇਮ ਸ਼ਾਟ ਮੇਰੇ ਵਾਲੇ ਲੱਗਿਆ ਸੀ, ਤੇ ਇਸੇ ਤਰ੍ਹਾਂ ਫਾਦਰ ਦੇ ਵੀ ਸੇਮ ਸ਼ਾਟ ਲੱਗਾ ਸੀ ਉਹਨਾਂ ਨੂੰ ਵੀ। ਬਟ ਇਹ ਰਿਐਕਸ਼ਨ ਇੱਕ ਵਧੀਆ, ਮਤਲਬ ਇਹ ਇੱਕ ਪੋਜ਼ਿਟਿਵ ਇੰਡੀਕੇਟਰ ਹੈ, ਰਾਈਟ? ਜੋ ਰਿਐਕਸ਼ਨ ਤੁਸੀਂ ਸ਼ਾਟ ਤੋਂ ਬਾਅਦ ਤੁਹਾਡੇ ਬਾਡੀ ਵਿੱਚ ਹੋਇਆ, ਬੁਖਾਰ ਐਂਡ ਇਸ ਤਰ੍ਹਾਂ ਦੀ, ਉਹਦਾ ਕਾਰਨ ਕੀ ਹੈਗਾ ਐਂਡ ਵਾਈ ਇਜ਼ ਇਟ ਅ ਗੁੱਡ ਥਿੰਗ? ਆਮ ਤੌਰ ਤੇ ਹੋ ਜਾਂਦਾ ਆ ਕਿਉਂਕਿ ਬੋਡੀ ਦੇ ਵਿੱਚ ਰਿਐਕਸ਼ਨ, ਜਿੱਦਾਂ ਮੈਂ ਜੇ ਫਲੂ ਸ਼ਾਟ ਵੀ ਲਵਾਉਣਾ ਨਾ ਇੱਕ ਦਿਨ ਮੈਨੂੰ ਉਦੋਂ ਵੀ ਹੁੰਦਾ। ਸੋ ਇਹ ਜਾਂ ਤਾਂ ਕਹੋ ਵੀ ਅਸੀਂ ਕੰਮ ਇਹੋ ਜਿਹੇ ਥਾਂ ਤੇ ਕਰਦੇ ਹਾਂ ਵੀ ਓਕੇ ਉੱਥੇ ਕੋਈ ਨਾ ਕੋਈ ਮਾੜੀ ਮੋਟੀ ਇਨਫੈਕਸ਼ਨ ਜਿਹੜੀ ਹੁੰਦੀ ਆ ਆਲਰੇਡੀ ਟ੍ਰਿਗਰਡ ਹੋਈ ਹੁੰਦੀ ਆ ਤੇ ਬੋਡੀ ਫਾਈਟ ਕਰਦੀ ਹੈ ਨਾ। ਸੋ ਪਰ ਉਹ ਜਿਹੜੀ ਫਾਈਟ ਆ ਜਿਹੜਾ ਰਿਐਕਸ਼ਨ ਜਿਹੜਾ ਵੀ ਜ਼ਿਆਦਾ ਵੀ ਜੇ ਹੋ ਜਾਂਦਾ ਤੁਸੀਂ ਉੱਥੇ ਘਬਰਾਉਣਾ ਨਹੀਂ,
क्योंकि यही रिसर्च कहती है कि जिहड़े बंदे दे विच इस तरह होया हैगा उन्हां दे जिहड़े एंटीबॉडी जिहड़ियां बणियां उह बहुत ज्यादा मात्रा च बन जांदी है। मतलब तुहाडा इम्यून सिस्टम तगड़ा है, उह लड़ रहा है, इस करके तुहानूं रिएक्शन हो रहा है। वधिया चीज़ है, लड़ रहा है, पूरी फाइट हुंदी है। गुड गुड गुड। हां, आर्म जरूर है, चार पांच दिन जरूर दुखदी है। हां, ओ तां चलो आमते। हां जी, ते इह हुण जो सिंगल शॉट आपां गल कर रहे हैं, इहदे की बेनिफिट्स हन, ते अगर साडे दर्शकां ने मतलब मतलब एक मेडिकल प्रोफेशनल होने के नाते की दसना चाहोगे साडे दर्शकां नूं? देखो जी, मैं एक डॉक्टर तो है, पर मैं भी दवाइयां तो खुद भी बहुत चलदा। मैं दसना चाहना व्यूअर्स नूं, पर मैं फ्लू शॉट हर साल लवाया, इसे तरह ही कोविड शॉट भी लवाया सी, क्योंकि मैं पता ये बहुत ही जरूरी है। एक तो यह कि सानू अपना ही नहीं दूजियां का भी फिक्र होना चाहिए, क्योंकि बाकी का परिवार जिहड़े नाल असीं रहिंदे आ उहनां दे विच भी, ते ये जिहड़ी बीमारी हैगी आ ये ज्यादा बजुर्गों नूं हुंदी आ। मेरा तो एक्सपीरियंस ही यही है, क्योंकि मैं कम ही ओल्ड यू नो कम्यूनिटी दे नाल करदा, जिहड़े मरीज जिहड़े आ मेरे को बजुर्ग ज्यादा ने, ते मैं ਤੁਸੀਂ ਇਹ ਵੀ ਨਹੀਂ ਸੁਣ, ਕਿਉਂਕਿ ਮੈਂ ਤਾਂ ਬਹੁਤ ਸਾਰਿਆਂ ਨੂੰ ਤਕਰੀਰ ਕਰਦਾ, ਮੈਂ ਥੱਕ ਗਿਆ ਕੋਵਿਡ ਦੇ ਡੈਥ ਸਰਟੀਫਿਕੇਟ ਦਾ ਲਿਖਦਾ ਲਿਖਦਾ, ਪਤਾ ਨਹੀਂ ਮੈਨੂੰ ਕਿੰਨੇ ਮੈਂ ਸਰਟੀਫਿਕੇਟ ਡੈਥ ਸਰਟੀਫਿਕੇਟਸ ਲਿਖੇ ਆ। ਸੋ ਉਹ ਬਹੁਤ ਤੁਹਾਨੂੰ ਇੱਕ ਕਹਿ ਲਓ ਦਿਲ ਨੂੰ ਹਲੂਣਾ ਦੇਣ ਵਾਲੀ ਗੱਲ ਵੀ ਇਹ ਕਿਸੇ ਤਰ੍ਹਾਂ ਵੀ ਇਹ ਤੋਂ ਬਚ ਜਾਈਏ। ਮੇਰਾ ਚਾਚਾ ਖੁਦ ਵੈਂਟੀਲੇਟਰ 'ਤੇ ਰਿਹਾ ਇੰਡੀਆ ਦੇ ਵਿੱਚ, ਅਤੇ ਮੇਰਾ ਕਜ਼ਨ, ਮੇਰਾ ਨੈਫਿਊ ਇੰਗਲੈਂਡ ਦੇ ਵਿੱਚ ਰਿਹਾ। ਸੋ ਮੈਂ ਦੇਖਿਆ ਵੀ ਕਿੱਥੋਂ ਤੱਕ ਇਹ ਮਾਰ ਪੈਂਦੀ ਹੈ, ਕਿੰਨੇ ਕਿੰਨਾ ਔਖਾ ਹੁੰਦਾ। ਸੋ ਮੇਰੀ ਸਭ ਨੂੰ ਤਕੀਦ ਇਹ ਹੈ ਕਿ ਇਹ ਜ਼ਰੂਰ ਲਵਾ ਲਓ, ਅਤੇ ਜਿਹੜਾ J&J ਦਾ, ਜੌਨਸਨ ਐਂਡ ਜੌਨਸਨ ਦਾ ਜਿਹੜਾ ਨਵਾਂ ਸ਼ਾਟ ਆਇਆ ਹੈਗਾ, ਉਹ ਫਰਕ ਉਹਦਾ ਸਿਰਫ ਇਹ ਹੈ ਕਿ ਇਹ ਪ੍ਰੋਟੀਨ ਵੈਕਸੀਨ ਸੀ, ਉਹਦੇ ਵਿੱਚ ਉਹ ਇੱਕ ਵਾਇਰਸ ਆ ਜਿਹੜੀ ਜਿੱਦਾਂ ਕਹਿ ਲਓ ਅਟੈਨੂਏਟਡ ਵਾਇਰਸ, ਇਹਨੂੰ ਕਹਿੰਦੇ ਆ ਅਡੀਨੋ ਵਾਇਰਸ। ਉਹ ਅਡੀਨੋ ਵਾਇਰਸ ਨੂੰ ਦੀ ਵੈਕਸੀਨ ਦੀ ਸਿਮੂਲੇਸ਼ਨ ਹੁੰਦੀ ਆ, ਉਹ ਜਾ ਕੇ ਸੈਲਸ ਨੂੰ ਸਟਿਮੂਲੇਟ ਕਰਦੀ ਆ, ਜਿਹੜੇ ਕਿ ਫਿਰ ਉਹ ਹੀ ਸਪਾਈਕ ਪ੍ਰੋਟੀਨ ਬਣਾਉਂਦੇ ਆ। ਸੋ ਇਹ ਉਹ ਜਿਹੜਾ ਆਪਾਂ ਪਹਿਲਾਂ ਹੀ ਲੈਂਦੇ ਹਾਂ ਜਿਹੜਾ mRNA, ਇਹ ਅਡੀਨੋ ਵਾਇਰਸ ਜਾ ਕੇ ਫਿਰ ਸੈਲ ਨੂੰ ਸਟਿਮੂਲੇਟ ਕਰਕੇ ਮੈਸੰਜਰ RNA ਬਣਾਉਂਦੀ ਆ, ਮੈਸੰਜਰ RNA ਜਾ ਕੇ ਸਪਾਈਕ ਪ੍ਰੋਟੀਨ ਬਣਾਉਂਦਾ, ਜਿਹੜੀ ਕਿ ਫਿਰ ਅੱਗੇ ਇਮਿਊਨਿਟੀ ਜਿਹੜੀ ਸਾਡੀ ਬਣਾਉਂਦੀ ਆ। ਸਰ, ਜੌਨਸਨ ਐਂਡ ਜੌਨਸਨ ਦੀ ਇੱਕ ਹੋਰ ਵੀ ਖਾਸੀਅਤ ਹੈਗੀ, ਬਿਕੋਜ਼ ਇਹ ਹੁਣ ਥੋੜ੍ਹੀ ਦੇਰ ਬਾਅਦ ਰਿਲੀਜ਼ ਹੋਈ ਹੈ, ਜ਼ਿਆਦਾ ਡੇਟਾ ਹੈ, ਜ਼ਿਆਦਾ ਸਾਇੰਸ। ਸੋ ਜੋ ਹੁਣ ਸਾਨੂੰ ਪਿਛਲੇ ਕੁਝ ਹਫ਼ਤਿਆਂ 'ਚ ਇਹ ਵੀ ਖਬਰਾਂ ਸੁਣਨ ਨੂੰ ਮਿਲੀਆਂ ਕਿ ਕੋਵਿਡ ਦੇ ਵੱਖ ਵੱਖ ਹੋਰ ਵੈਰੀਐਂਟਸ, ਮਤਲਬ ਡਿਫਰੈਂਟ ਤਰ੍ਹਾਂ ਦੇ ਕੋਵਿਡ ਦੇ ਵਰਜ਼ਨਸ ਡਿਫਰੈਂਟ ਮੁਲਕਾਂ ਦੇ ਵਿੱਚ ਪਾਏ ਜਾ ਰਹੇ ਹੈ, ਇਹ ਵੈਕਸੀਨ ਉਨ ਜੌਨਸਨ ਐਂਡ ਜੌਨਸਨ ਦੀ ਨਵੀਂ ਸਿੰਗਲ ਸ਼ਾਟ ਵੈਕਸੀਨ ਉਹਨਾਂ ਨੂੰ ਵੀ ਟਾਰਗੇਟ ਕਰਦੀ ਹੈ, ਜਾਂ ਇਹਨਾਂ ਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਹਾਂਜੀ, ਨਹੀਂ ਇਹ ਸਾਰਿਆਂ ਨੂੰ ਹੀ ਕਰਦੀ ਆ, ਪਰ ਇਹਦੇ ਵਿੱਚ ਜਿਹੜਾ ਸੀਗਾ ਜਿਹੜੀ ਸਾਊਥ ਅਫਰੀਕਾ ਦੀ ਹੈਗੀ ਹੈ ਨਾ ਸਟ੍ਰੇਨ, ਉਹਦੀ ਵੀ ਇਹ 70-80% ਸਕਸੈਸਫੁਲ ਹੋਈ ਆ, ਕਿਉਂਕਿ ਲੇਟਰ ਔਨ ਆਈ ਆ ਜਦ ਤੱਕ ਜਦ ਉਹ ਆ ਗਈਆਂ ਸੀ। ਸੋ ਇਹਨਾਂ ਨੇ ਉਹ ਵੀ ਸਟੱਡੀ ਦੇ ਵਿੱਚ ਕਰ ਲਈਆਂ। ਇਸੇ ਤਰ੍ਹਾਂ ਜਿਹੜੀ UK ਵਾਲੀ ਹੈਗੀ ਆ ਉਹਦੇ 'ਚ ਵੀ ਇਹ ਇਫੈਕਟਿਵ ਹੈਗੀ ਆ, ਅਤੇ ਇਹ ਸਟੱਡੀ ਜਿਹੜੀ ਆ ਆਪਣੇ ਮੋਸਟਲੀ ਜਿਹੜੀਆਂ ਸਟੱਡੀਜ਼ ਵੈਕਸੀਨਸ ਦੇ ਉੱਤੇ ਹੋਈਆਂ ਇਜ਼ਰਾਈਲ ਦੇ ਵਿੱਚ ਹੋਈਆਂ, ਕਿਉਂਕਿ ਉੱਥੇ ਤਕਰੀਬਨ ਅੱਧਾ ਮੁਲਕ ਜਿਹੜਾ ਆਲਰੇਡੀ ਵੈਕਸੀਨੇਟਡ ਹੋ ਗਿਆ। ਹਾਂਜੀ ਹਾਂਜੀ, ਤੇ ਉਮੀਦ ਹੈ ਕਿ ਇੱਥੇ ਵੀ ਸਾਡੇ ਛੇਤੀ ਤੋਂ ਛੇਤੀ ਅਮੈਰੀਕਨਸ ਇਸ ਵੈਕਸੀਨ ਨੂੰ ਲਗਾਉਣ, ਅਤੇ ਸਾਡੀ ਕਮਿਊਨਿਟੀ ਵਿੱਚ ਜੋ ਸਾਡੇ ਖਾਸ ਕਰਕੇ ਬਜ਼ੁਰਗ ਹਨ ਜਿਨ੍ਹਾਂ ਦੀ ਚਿੰਤਾ ਸਾਰਿਆਂ ਨੂੰ ਰਹਿੰਦੀ ਹੈ, ਸਾਨੂੰ ਵੀ ਉਹਨਾਂ ਦੀ ਚਿੰਤਾ, ਉਹ ਜ਼ਰੂਰ ਲਗਾਉਣ। ਸਰ, ਸਾਡੇ ਕੋਲ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਜਾਣੇ ਨੂੰ ਤੁਸੀਂ ਵੈਕਸੀਨ ਬਾਰੇ ਕੁਛ ਦੋ ਲਫ਼ਜ਼ ਜ਼ਰੂਰ ਕਹੋ ਸਾਡੇ ਬਜ਼ੁਰਗਾਂ ਨੂੰ। ਉੱਦਾਂ ਤਾਂ ਆਪਾਂ ਸਾਰੇ ਸਿੱਖ ਪੰਜਾਬੀ ਹੋਣ ਦੇ ਨਾਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਕਿ ਰੱਬ ਰਾਖਾ, ਬਟ ਇਹ ਥੋੜ੍ਹੀ ਜਿਹੀ ਸਰਕਮਸਟੈਂਸ ਡਿਫਰੈਂਟ ਹੈਗੀ, ਰਾਈਟ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਹੋਏ? ਸੋ ਦੋ ਚੀਜ਼ਾਂ ਨੇ, ਵੈਕਸੀਨ ਲਵਾ ਕੇ ਇਹ ਨਹੀਂ ਕਹਿਣਾ ਕਿ ਹੁਣ ਸਾਨੂੰ ਹੋਣੀ ਨਹੀਂ। ਸੋ ਮਾਸਕ ਅਤੇ ਜਿਹੜੀ ਡਿਸਟੈਂਸ, ਸੋਸ਼ਲ ਡਿਸਟੈਂਸ ਹੈਗੀ ਆ, ਉਹ ਹੱਥ ਧੋਣੇ, ਉਹ ਹਰ ਇੱਕ ਚੀਜ਼ ਚੱਲਦੀ ਰਹਿਣੀ ਚਾਹੀਦੀ ਹੈ, ਜਿੰਨਾ ਚਿਰ ਕਿ ਅਸੀਂ ਤਕਰੀਬਨ 70-80% ਵੈਕਸੀਨੇਸ਼ਨ ਨਹੀਂ ਹੋ ਜਾਂਦੀ ਅਤੇ ਹਰਡ ਇਮਿਊਨਿਟੀ ਨਹੀਂ ਹੋ ਜਾਂਦੀ। ਸੋ ਇਹ ਬਹੁਤ ਜ਼ਰੂਰੀ ਆ, ਪਰ ਮੈਂ ਤੁਹਾਨੂੰ ਵਾਰ ਵਾਰ ਇਹ ਤਕੀਦ ਕਹਿੰਦਾ ਕਿ ਵੈਕਸੀਨ ਜਿਹੜਾ ਵੀ ਤੁਹਾਨੂੰ ਮਿਲਦਾ
ਜਿਹੜੀ ਜਿਹਦੇ ਚ ਵੀ ਤੁਹਾਡੀ ਵਾਰੀ ਆਉਂਦੀ ਆ ਉਹ ਜ਼ਰੂਰ ਲਵਾ ਲਓ। ਜੇ ਦੋ ਵਾਲਾ ਲੱਗਦਾ ਤੇ ਦੋ ਵਾਲਾ ਲਵਾ ਲਓ, ਜੇ ਇੱਕ ਵਾਲਾ ਮਿਲ ਲੱਗਦਾ ਉਹਦੇ ਚ ਵੀ ਕਹਿੰਦੇ ਵੀ ਐਫੀਕੇਸੀ ਘੱਟ ਆ, ਪਰ ਜਦੋਂ ਅਖੀਰਲੀ ਸਟੇਜ ਆਉਂਦੀ ਹੈਗੀ ਆ ਉਹਦੇ ਤੇ ਸਾਰਿਆਂ ਤਿੰਨਾਂ ਦੀ ਐਫੀਕੇਸੀ ਇੱਕੋ ਜਿਹੀ ਨਹੀਂ ਹੈਗੀ ਆ, ਤੇ ਬਹੁਤ ਜ਼ਰੂਰੀ ਆ। ਖਾਸ ਤੌਰ ਤੇ ਬਜ਼ੁਰਗਾਂ ਨੂੰ ਤਾਂ ਹੁਣ ਤੱਕ ਲੱਗੇ ਹੋਣੇ ਚਾਹੀਦੇ ਸੀਗੇ, ਤੇ ਕੋਸ਼ਿਸ਼ ਹੈਗੀ ਆ ਕਿ ਜਿੱਦਾਂ ਜਿੱਦਾਂ ਜਿਹੜਾ ਸਿੱਖ ਕੋਲੇਸ਼ਨ ਵੱਲੋਂ ਵੀ ਕਾਫੀ ਪ੍ਰਚਾਰ ਹੋ ਰਿਹਾ ਹੈ, ਗੁਰਦੁਆਰਿਆਂ ਵੱਲੋਂ ਵੀ ਕੁਛ ਹੋ ਰਿਹਾ ਹੈਗਾ, ਤੇ ਮੈਂ ਸਿੱਖ ਕੋਲੇਸ਼ਨ ਨਾਲ ਇੱਕ ਸਾਲ ਤੋਂ ਕੋਵਿਡ ਦੇ ਉੱਤੇ ਵਰਕ ਕਰ ਰਿਹਾ, ਤੇ ਅਸੀਂ ਇਹੀ ਤਾਕੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹ ਆਪਣਾ ਟੀਕਾ ਲਵਾ ਲਓ ਤੇ ਬਚੋ ਤੇ ਦੂਜਿਆਂ ਨੂੰ ਬਚਾਓ। ਵੰਡਰਫੁਲ, ਥੈਂਕ ਯੂ ਸੋ ਮੱਚ ਡਾਕਟਰ ਹਰਕੇਸ਼ ਸਿੰਘ ਸੰਧੂ ਜੀ, ਫਾਊਂਡਰ ਸਾਹਿਤਾ ਕੋਵਿਡ ਵੈਕਸੀਨਸ ਦੇ ਵਿੱਚ ਤੁਹਾਡੀ ਬਹੁਤ ਵੱਡੀ ਦੇਣ ਹੈ ਇਸ ਵੇਲੇ। ਥੈਂਕ ਯੂ ਸੋ ਮੱਚ, ਤੁਸੀਂ ਸਾਨੂੰ ਜਾਣਕਾਰੀ ਇਹ ਦਿੱਤੀ, ਐਂਡ ਪਲੀਜ਼ ਸਰ ਸਟੇ ਸੇਫ, ਤੁਹਾਡੇ ਨਾਲ ਜ਼ਰੂਰ ਫਿਰ ਮਿਲਾਂਗੇ, ਗੱਲ ਕਰਾਂਗੇ ਸਾਹਿਤਾ ਬਾਰੇ ਤੇ ਹੋਰ ਵੱਖ ਵੱਖ ਗੱਲਾਂ ਬਾਰੇ। ਹੈਵ ਅ ਗੁੱਡ ਰੈਸਟ ਆਫ ਯਰ ਡੇ ਸਰ, ਸਤਿ ਸ਼੍ਰੀ ਅਕਾਲ। ਮੇਰੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਤੁਹਾਡੇ ਸਟਾਫ ਨੂੰ ਮੇਰੇ ਵੱਲੋਂ ਪਿਆਰ ਭਰੀ ਨੇਕੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੇ ਮੈਂ ਵਿਊਅਰਸ ਨੂੰ ਜਾਂਦਿਆਂ ਦੇ ਇੱਕ ਵਾਰੀ ਫਿਰ ਡਾਕਟਰ ਸੰਧੂ ਦੇ ਉਹੀ ਲਵਜ਼ ਕਹਿਣਾ ਚਾਹੁੰਦੀ ਹਾਂ, ਟੀਕਾ ਲਗਾਓ, ਆਪਣੇ ਆਪ ਨੂੰ ਤੇ ਦੂਜਿਆਂ ਨੂੰ ਬਚਾਓ। ਤੇ ਅਗਰ ਇਸ ਪ੍ਰੋਗਰਾਮ ਬਾਰੇ, ਸਾਹਿਤਾ ਸੰਸਥਾ ਬਾਰੇ, ਜਾਂ ਕੀ ਕੁਛ ਵੈਕਸੀਨਸ ਕੋਵਿਡ ਨੂੰ ਲੈ ਕੇ ਯੂਨਾਈਟਿਡ ਸਟੇਟਸ ਵਿੱਚ ਵੱਖ ਵੱਖ ਐਫਰਟਸ ਹੋ ਰਹੀਆਂ, ਭਾਵੇਂ ਉਹ ਸਾਡੀ ਔਰਗਨਾਈਜੇਸ਼ਨਸ ਵੱਲੋਂ ਹੋਏ, ਜੋ ਸਾਡੀ ਸਿੱਖ ਕਮਿਊਨਿਟੀ ਦੀ ਵੱਖ ਵੱਖ ਔਰਗਨਾਈਜੇਸ਼ਨਸ ਹਨ, ਜਿਸ ਤਰ੍ਹਾਂ ਸਿੱਖ ਕੋਲੇਸ਼ਨ ਕੰਮ ਕਰੀ, ਉਹਦੇ ਬਾਰੇ ਜਾਣਕਾਰੀ ਅਗਰ ਤੁਸੀਂ ਹੋਰ ਪਾਉਣਾ ਚਾਹੁੰਦੇ, ਤੁਸੀਂ ਮੈਨੂੰ ਲਿਖ ਸਕਦੇ ਹੋ, info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।